بولے سونے حال ساس بھی اکال واہگرو جی کا خالصہ واہگرو جی کی فتح میں آپ جی کا داس گردیپ سنگھ آپ جی کے اپنے منچ آپ جی کے اپنے چینل اکال چینل کے مادھیم کے راہیں آپ جی کے مخاطب ہاں جی کہ آپ جانتے ہو کہ اج کے دن میں آپ جی کا داس مدے پروگرام کے آپ جی کے چرن پرسیا کرتا ہاں اور اس مدے پروگرام کے آپ اس کسی پختے مدے کے نال آپ جی دیا حاضریاں پڑھتے ہیں جس کا وابستہ سارے پنتھ نال سارے دھرم کے نال یا سارے پنجاب یا پنجابیت کے نال ہوتا ہے ਅੱਜ ਦੇ ਇਸ ਮੁੱਦੇ ਦੇ ਉੱਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਔਰ ਅੱਜ ਦੇ ਮੁੱਦੇ ਦੇ ਉੱਤੇ ਆਏ ਹੋਏ ਮਹਿਮਾਨਾਂ ਦੇ ਨਾਲ ਮੈਂ ਆਪ ਜੀ ਦੀ ਜਾਣ ਪਹਿਚਾਣ ਕਰਾਵਾਂ ਮੈਂ ਆਪ ਜੀ ਨੂੰ ਇਹ ਦੱਸਦਾ ਚੱਲਾਂ ਕਿ ਅੱਜ ਦਾ ਮੁੱਦਾ ਕਾਫੀ ਗੰਭੀਰ ਇਸ ਕਰਕੇ ਹੈ ਕਿਉਂਕਿ ਵਕਤ ਦੇ ਹਿਸਾਬ ਦੇ ਨਾਲ ਸਾਨੂੰ ਇੱਕ ਪਾਸਿਓਂ ਨਹੀਂ ਕਈ ਪਾਸਿਆਂ ਤੋਂ ਚੈਲੰਜ ਮਿਲ ਰਹੇ ਨੇ ਇੱਕ ਐਸਾ ਸਮਾਂ ਇੱਕ ਐਸਾ ਮੰਜ਼ਰ ਸਾਡੇ ਲਈ ਤਿਆਰ ਕੀਤਾ ਜਾ ਰਿਹਾ ਹੈ ਕਿ ਇਸ ਵਕਤ ਜਿਹੜੇ ਚੈਲੰਜ ਕਰਨ ਵਾਲੇ ਨੇ ਉਹ ਇੱਕ ਬੇਖੌਫ ਤਰੀਕੇ ਦੇ ਨਾਲ ਆਪਣੀਆਂ ਕਲਮਾਂ ਚਲਾ ਰਹੇ ਨੇ ਉਹਨਾਂ ਦੀਆਂ ਵਾਗਾ ਫੰਡ ਵਾਲਾ ਕੀ ਕੋਈ ਵੀ ਨਹੀਂ ਹੈ ਔਰ ਅੱਜ ਦੇ ਮੁੱਦੇ ਦੇ ਵਿੱਚ ਪ੍ਰਸ਼ਨ ਮੇਨ ਤੌਰ ਉੱਪਰ ਇਹੀ ਰਹੇਗਾ ਜਿਸ ਵਕਤ ਆਪ ਵੀ ਫੋਨ ਕਾਲਸ ਸਾਨੂੰ ਮਿਲਾਓਗੇ ਤਾਂ ਆਪ ਜੀ ਪਾਸੋਂ ਵੀ ਇਹੋ ਪ੍ਰਸ਼ਨ ਪੁੱਛਾਂਗੇ ਕਿ ਆਖਿਰ ਇਹਨਾਂ ਦੀ ਕਿਉਂ ਇੰਨੀ ਜ਼ਰੂਰਤ ਪੈਂਦੀ ਹੈ ਕਿ ਇਹ ਸਿੱਖ ਕੌਮ ਦੇ ਉੱਪਰ ਜਾਂ ਸਾਡੇ ਉਹਨਾਂ ਮਹਾਂਪੁਰਖਾਂ ਦੇ ਉੱਪਰ ਜਾਂ ਫਿਰ ਸਾਡੇ ਸ਼ਾਇਦ ਸਾਡੇ ਧਰਮ ਜਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹਮਲੇ ਕਰਨ ਲੱਗਿਆਂ ਇਹ ਜ਼ਰਾ ਵੀ ਸੋਚਦੇ ਨਹੀਂ ਔਰ ਜ਼ਰਾ ਵੀ ਇਹ ਡਰਦੇ ਨਹੀਂ ਇੱਕ ਨਿਡਰ ਭਾਵਨਾ ਦੇ ਨਾਲ ਇਹਨਾਂ ਨੇ ਸਾਰੇ ਪੰਜਾਬ ਦਾ ਬਲਕਿ ਸਾਰੇ ਸਿੱਖ ਸਿਧਾਂਤ ਦਾ ਹੀ ਕਿਸਮ ਦਾ ਵਾਤਾਵਰਣ ਹੀ ਖਰਾਬ ਕਰਕੇ ਰੱਖ ਦਿੱਤਾ ਹੈ ਤੋ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਦੋ ਇੱਕ ਗੱਲਾਂ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਪੱਤਰਕਾਰ ਹੈ ਪੰਜਾਬ ਦਾ ਪੰਜਾਬ ਦਾ ਕਹਿ ਲਓ ਜਾਂ ਪੰਜਾਬੀ ਦਾ ਕਹਿ ਲਓ ਪੱਤਰਕਾਰ ਕਿਉਂਕਿ ਪੰਜਾਬ ਦੇ ਵਿੱਚ ਤਾਂ ਇਸ ਵਕਤ ਰਹਿ ਨਹੀਂ ਰਿਹਾ ਕੁਲਦੀਪ ਨਈਅਰ ਕਰਕੇ ਉਸਦਾ ਨਾਮ ਹੈ ਉਸਦਾ ਜਗਬਾਣੀ ਦੇ ਵਿੱਚ ਇੱਕ ਆਰਟੀਕਲ ਛਪਿਆ ਹੈ ਇਸ ਆਰਟੀਕਲ ਦੇ ਵਿੱਚ ਇਸ ਨੇ ਉਸ ਬਲਤਕਾਰੀ ਬਾਬੇ ਨੂੰ ਜਿਹੜਾ ਕਿ ਇਸ ਵਕਤ 20 ਸਾਲ ਦੀ ਸਜ਼ਾ ਪਾ ਕੇ ਜੇਲ੍ਹ ਦੀਆਂ ਸਿੱਖਾਂ ਦੇ ਪਿੱਛੇ ਬੰਦ ਹੈ ਉਸ ਦੀ ਤੁਲਨਾ ਸਾਡੇ ਸਤਿਕਾਰਯੋਗ ਪੂਜਨੀਕ ਮੈਂ ਕਹਾਂਗਾ ਕਿ ਉਸ ਮਹਾਂਪੁਰਖ ਦੇ ਨਾਲ ਕੀਤੀ ਹੈ 20ਵੀਂ ਸਦੀ ਦੇ ਮਹਾਨ ਸੰਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨਾਲ ਜਦਕਿ ਉਹਨਾਂ ਦਾ ਆਪਸ ਦੇ ਵਿੱਚ ਕਿਸੇ ਵੀ ਤਾਲਮੇਲ ਨਹੀਂ ਹੈ ਮੈਂ ਇੱਥੇ ਥੋੜ੍ਹਾ ਜਿਹਾ ਸ਼ਾਰਟ ਦੇ ਵਿੱਚ ਦੱਸਦਾ ਚੱਲਾਂ ਕਿ ਜਿੱਥੋਂ ਉਹ ਆਪਣੇ ਆਰਟੀਕਲ ਨੂੰ ਸ਼ੁਰੂ ਕਰਦਾ ਹੈ ਇਹ ਆਰਟੀਕਲ ਦੀ ਕਾਪੀ ਹੈ ਇਸ ਆਰਟੀਕਲ ਨੂੰ ਉਹ ਸ਼ੁਰੂ ਕਰਦਾ ਹੈ ਕਿ ਗੁਰਮੀਤ ਰਾਮ ਰਹੀਮ ਭਿੰਡਰਾਂ ਵਾਲਾ ਬਣਨ ਦੇ ਰਾਹ ਦੇ ਉੱਤੇ ਸੀ ਗੁਰਮੀਤ ਰਾਮ ਰਹੀਮ ਭਿੰਡਰਾਂ ਵਾਲਾ ਬਣਨ ਦੇ ਰਾਹ ਦੇ ਉੱਤੇ ਸੀ ਹੁਣ ਉਹ ਕਹਿੰਦਾ ਹੈ ਅੱਗੇ ਚੱਲ ਕੇ ਕਿਉਂਕਿ ਇਸ ਆਰਟੀਕਲ ਦੇ ਵਿੱਚ ਬਹੁਤ ਕੁਛ ਉਸਨੇ ਬਕਵਾਸ ਗਲਤ ਔਰ ਅੱਗ ਜਿਹੜੀ ਹੈ ਉਗਲੀ ਹੋਈ ਹੈ ਦੋ ਇੱਕ ਪੁਆਇੰਟ ਮੈਂ ਲੈਂਦਾ ਇੱਕ ਦੇ ਵਿੱਚ ਤਾਂ ਉਹ ਕਹਿੰਦਾ ਕਿ ਭਿੰਡਰਾਂ ਵਾਲੇ ਵੀ ਆਪਣੀ ਹਿਮਾਇਤ ਦੀ ਵੱਡੀ ਗਿਣਤੀ ਕਾਰਨ ਹੀ ਇੰਨਾ ਤਾਕਤਵਰ ਹੋ ਸਕਿਆ ਜਾਂ ਹੋ ਗਿਆ ਔਰ ਉਹ ਕਹਿੰਦਾ ਕਿ ਦੂਸਰੇ ਪਾਸੇ ਉਹ ਕਹਿੰਦਾ ਹੈ ਕਿ ਜਿਹੜਾ ਆਰਾਮ ਰਹੀਮ ਹੈ ਬਲਤਕਾਰੀ ਬਾਬਾ ਹੈ ਇਸ ਦੀ ਕਈ ਗੱਲਾਂ ਦੇ ਵਿੱਚ ਭਿੰਡਰਾਂ ਵਾਲਿਆਂ ਦੇ ਨਾਲ ਸਮਾਨਾਂਤਰਾ ਸੀਗੀ ਯਾਨੀ ਕਿ ਆਪਸ ਦੇ ਵਿੱਚ ਉਹਨਾਂ ਦੀਆਂ ਸਮਾਨਤਾਵਾਂ ਸਨ ਬਰਾਬਰੀ ਸੀ ਭਿੰਡਰਾਂ ਵਾਲਾ ਅਤੇ ਰਾਮ ਰਹੀਮ ਦਰਮਿਆਨ ਕੁਝ ਸਮਾਨਤਾਵਾਂ ਹਨ ਇਹ ਹਨ ਸ਼ਬਦ ਵਰਤਦਾ ਹੈ ਜੇਕਰ ਭਿੰਡਰਾਂ ਵਾਲਾ ਕਾਂਗਰਸ ਪਾਰਟੀ ਦਾ ਪੈਦਾ ਕੀਤਾ ਹੋਇਆ ਸੀ ਤਾਂ ਰਾਮ ਰਹੀਮ ਨੂੰ ਹਰਿਆਣਾ ਦੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਨੇ ਪੈਦਾ ਕੀਤਾ ਸੀ ਅੱਗੇ ਚੱਲ ਕੇ ਉਹ ਇੱਕ ਮਿਸਾਲ ਦਿੰਦਾ ਹੈ ਕਿ ਸੰਜੇ ਗਾਂਧੀ ਔਰ ਗਿਆਨੀ ਜੈਲ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਅਕਾਲੀਆਂ ਦੇ ਨਾਲ ਟੱਕਰ ਲੈਣ ਦੇ ਲਈ ਜਰਨੈਲ ਸਿੰਘ ਖਾਲਸਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੋਈ ਉਹਨਾਂ ਦੇ ਨਾਲ ਕੋਈ ਸਮਾਨ ਜਿਸ ਨੂੰ ਆਪਾਂ ਕਹਿੰਦੇ ਸਤਿਕਾਰਯੋਗ ਸ਼ਬਦ ਦੀ ਵਰਤੋਂ ਕੁਛ ਨਹੀਂ ਕੋਈ ਸਿਰੀ ਕੋਈ ਸ੍ਰੀਮਾਨ ਕੁਛ ਨਹੀਂ ਲਿਖ ਰਿਹਾ ਸਿੱਧਾ ਹੀ ਲਿਖ ਰਿਹਾ ਕਿ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਚੁਣਿਆ ਔਰ ਉਸਦਾ ਸਮਰਥਨ ਕੀਤਾ ਹੁਣ ਉਹ ਜਿਹੜੀ ਸਮਾਨਤਾ ਦੀ ਗੱਲ ਹੈ ਨਾ ਉਹ ਕਹਿ ਰਿਹਾ ਕਿ ਜਦੋਂ ਤੱਕ ਤਾਂ ਭਿੰਡਰਾਂ ਵਾਲੇ ਉਹਨਾਂ ਦੇ ਹੱਕ ਦੇ ਵਿੱਚ ਜਾਂ ਗੱਲ ਕਰਦੇ ਰਹੇ ਉਦੋਂ ਤੱਕ ਤਾਂ ਠੀਕ ਸਨ ਜਦੋਂ ਉਹ ਕਹਿੰਦਾ ਕਿ ਜਦੋਂ ਇੰਦਰਾ ਗਾਂਧੀ ਨੇ ਮਹਿਸੂਸ ਕੀਤਾ ਅੱਗੇ ਉਹਨਾਂ ਦੇ ਲਈ ਸ਼ਬਦ ਵਰਤ ਰਿਹਾ ਭਸਮਾ ਸੁਰ ਮੈਂ ਆਪ ਜੀ ਨੂੰ ਇੱਥੇ ਇੱਕ ਗੱਲ ਦੱਸਦਾ ਚੱਲਾਂ ਕਿ ਇੱਕ ਆਮ ਆਦਮੀ ਪਾਰਟੀ ਦਾ ਵੀ ਵਿਅਕਤੀ ਹੈ ਜਿਸ ਦਾ ਨਾਮ ਹੈ ਕੁਮਾਰ ਵਿਸ਼ਵਾਸ ਉਸ ਨੇ ਵੀ ਮਹਾਂਪੁਰਖਾਂ ਨੂੰ ਇੱਕ ਵਾਰੀ ਭਸਮਾ ਸੁਰ ਕਿਹਾ ਸੀ ਬੇਸ਼ੱਕ ਉਸਨੇ ਮਾਫ਼ੀ ਮੰਗ ਲਈ ਹੈ ਕੋਈ ਗੱਲ ਨਹੀਂ ਹੈ ਲੇਕਿਨ ਆਖਰ ਇਹਨਾਂ ਦੀ ਜ਼ੁਬਾਨ ਤੋਂ ਨਿਕਲਦੀਆਂ ਕਿਉਂ ਨੇ ਇਹ ਗੱਲਾਂ ਜ਼ੁਬਾਨ ਤੋਂ ਨਿਕਲਦੀਆਂ ਇਹ ਗੱਲਾਂ ਨੇ ਬਾਅਦ ਦੇ ਵਿੱਚ ਮਾਫ਼ੀ ਮੰਗਣੀ ਅੱਜ ਵੀ ਕੌਮ ਦੇ ਵਿੱਚੋਂ ਕੁਛ ਆਵਾਜ਼ ਉੱਠੀ ਹੈ ਕਿ ਇਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਮਾਫ਼ੀ ਮੰਗ ਲਏਗਾ ਕਿ ਭੁੱਲੋਗੇ ਇਹ ਜ਼ੁਬਾਨ ਤੋਂ ਗਲਤ ਨਿਕਲ ਗਿਆ ਮੇਰੀ ਜ਼ੁਬਾਨ ਤੋਂ ਅਲਫਾਜ਼ ਗਲਤ ਨਿਕਲ ਗਏ ਜੇ ਆਪਾਂ ਗੁਰਮਤਿ ਦੇ ਆਸ਼ੇ ਨੂੰ ਮੰਨਦੇ ਹਾਂ ਤਾਂ ਸਤਿਗੁਰ ਜਿਹੜਾ ਸਾਨੂੰ ਸੁਨੇਹਾ ਦਿੰਦੇ ਨੇ ਉਹ ਪਾਤਸ਼ਾਹ ਕਹਿੰਦੇ ਨੇ ਕਿ ਜ਼ੁਬਾਨ ਤੋਂ ਵੀ ਗਲਤ ਅਲਫਾਜ਼ ਐਵੇਂ ਨਹੀਂ ਨਿਕਲਦੇ
ਹੁੰਦਾ ਅੰਦਰ ਹੈ ਜਿਹੜੀ ਗੱਲ ਜ਼ੁਬਾਨ, ਕਿਉਂਕਿ ਮਨੁੱਖ ਦੀ ਇੱਕ ਫਿਤਰਤ ਹੈ ਕਿ ਜਿਸ ਵਕਤ ਗਲਤ ਲਫ਼ਜ਼ ਨਿਕਲ ਗਏ ਤਾਂ ਕਹਿੰਦਾ ਜੀ ਮਾਫ਼ ਕਰਨਾ ਜੀ, ਮੂੰਹੋਂ ਨਿਕਲ ਗਿਆ। ਅਤੇ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿ ਜੋ ਜੀ ਹੋਵੇ ਸੋ ਉਗਵੇ, ਮੂੰਹ ਕਾ ਕਿਹਾ ਵਾਹੋ। ਜਿਹੜੀ ਗੱਲ ਤੁਹਾਡੇ ਅੰਦਰ ਸੀ ਉਹ ਬਾਹਰ ਆਈ ਹੈ, ਇਹਦੇ ਵਿੱਚ ਮੂੰਹ ਦਾ ਕਸੂਰ ਕੀ ਹੈ? ਇਹਦਾ ਮਤਲਬ ਹੈ ਕਿ ਤੁਸੀਂ ਆਪਣੀ ਉਸ ਹੁਣ ਜਿਸ ਗੱਲ ਦੇ ਲਈ ਮਹਿਸੂਸ ਕਰ ਰਹੇ ਹੋ ਜਾਂ ਵਟ ਐਵਰ, ਆਪਣੇ ਆਪ ਨੂੰ ਦੋਸ਼ ਮੁਕਤ ਹੋਣਾ ਚਾਹੁੰਦੇ ਹੋ। ਤੋ ਇਸ ਲਈ ਆ ਜਿਹੜਾ ਬਹੁਤ ਵੱਡਾ ਇੱਕ ਜੋ ਮਹਾਂਪੁਰਖਾਂ ਦਾ ਤੁਲਨਾਤਮਕ ਅਧਿਐਨ ਕੀਤਾ ਹੈ, ਉਸ ਇੱਕ ਬਲਤਕਾਰੀ ਸਾਧ ਦੇ ਨਾਲ, ਇਸ ਦੇ ਲਈ ਅੱਗੇ ਚੱਲ ਕੇ ਕਾਫੀ ਗੱਲਾਂ ਨੇ। ਹੁਣ ਮੈਂ ਜੇ ਸਾਰੀਆਂ ਗੱਲਾਂ ਦੁਹਰਾਉਣ ਲੱਗ ਪਿਆ ਕਿਉਂਕਿ ਸਾਡੇ ਪਾਸ ਅੱਜ ਮਹਿਮਾਨ ਵੀ ਕਾਫੀ ਨੇ, ਮੈਂ ਆਪ ਜੀ ਨੇ ਫੋਨ ਕਾਲਸ ਵੀ ਲੈਣੀਆਂ ਨੇ। ਇਸ ਦੇ ਬਾਬਤ ਸਤਿਕਾਰਯੋਗ ਲਵਛਿੰਦਰ ਸਿੰਘ ਜੀ ਡੱਲੇਵਾਲ ਹੁਣਾਂ ਨੇ ਇੱਕ ਆਰਟੀਕਲ ਲਿਖਿਆ, ਅਕ੍ਰਿਤ ਕਾਂਡ ਕੁਲਦੀਪ ਨਈਅਰ ਨੇ ਪੱਤਰਕਾਰੀ ਦੇ ਮੱਥੇ ਦੇ ਉੱਤੇ ਲਾਇਆ ਕਲੰਕ, ਯੂਨਾਈਟਿਡ ਖਾਲਸਾ ਦਲ UK ਵੱਲੋਂ ਉਹਨਾਂ ਨੇ ਇਹ ਆਰਟੀਕਲ ਲਿਖਿਆ। ਚਲੋ ਠੀਕ ਹੈ, ਇੱਕ ਆਰਟੀਕਲ ਇੱਕ ਜਵਾਬ ਦੇ ਵਜੋਂ ਹੈ, ਲੇਕਿਨ ਇਹਨਾਂ ਵਿਅਕਤੀਆਂ ਨੂੰ ਕਿਸ ਤਰੀਕੇ ਦੇ ਨਾਲ ਜਵਾਬ ਦਿੱਤਾ ਜਾ ਸਕਦਾ? ਕਿਉਂਕਿ ਮੇਰੇ ਨਾਲ ਸਤਿਕਾਰਯੋਗ ਪੰਥਕ ਦਲ ਦੇ ਵੀ ਨੁਮਾਇੰਦੇ ਰਘਵੀਰ ਸਿੰਘ ਜੀ ਵੀ ਬੈਠੇ ਨੇ, ਉਹਨਾਂ ਨੇ ਮੈਨੂੰ ਹੁਣੇ ਦੱਸਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਵੀ, ਵੈਸੇ ਮੇਰੇ ਪਾਸ ਖਬਰਾਂ ਆਈਆਂ ਨੇ ਕਿ ਅੱਜ ਕੁਝ ਸਿੱਖਾਂ ਨੇ ਇਸ ਦਾ ਵਿਰੋਧ ਵੀ ਕੀਤਾ ਹੈ, ਕੁਲਦੀਪ ਨਈਅਰ ਦਾ। ਪਰ ਇਹ ਵਿਰੋਧ ਜਿਹੜਾ ਹੈ ਠੀਕ ਹੈ ਅੱਜ ਹੋ ਗਿਆ, ਮੇਰਾ ਅੱਜ ਦਾ ਇਹ ਮੁੱਦਾ ਰਹੇਗਾ ਕਿ ਆਖਰ ਇਹਨਾਂ ਦੀ ਇਹ ਹਿੰਮਤ ਕਿਉਂ ਪੈ ਰਹੀ ਹੈ ਇੰਨੀ? ਆਖਰ ਇਹ ਐਸੀ ਕਿਹੜੀ ਇਹਨਾਂ ਦੇ ਪਿੱਛੇ ਤਾਕਤ ਹੈ, ਸ਼ਕਤੀ ਹੈ ਜਿਹੜੀ ਕਿ ਇੱਕ ਹੁਣ ਸਾਰੀ ਦੁਨੀਆ ਨੂੰ ਪਤਾ ਹੈ ਕਿ ਇੱਕ ਸਿੱਖ ਕੌਮ ਦੀ ਉਹ ਸਤਿਕਾਰਯੋਗ ਹਸਤੀ ਹੈ ਜਿਸ ਨੂੰ ਸਿੱਖ ਕੌਮ 20 ਸਦੀ ਦਾ ਮਹਾਨ ਸੰਤ ਮੰਨ ਚੁੱਕੀ ਹੈ, ਜਿਸ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਜਾ ਚੁੱਕਾ ਹੈ, ਜਿਹੜਾ ਇੱਕ ਸਾਡੇ ਲਈ ਲੜਨ ਵਾਲੇ ਇੱਕ ਸ਼ਹੀਦ ਦੇ ਰੁਤਬੇ ਵਾਲੇ 20 ਸਦੀ ਦੇ ਉਹ ਮਹਾਨ ਸੰਤ ਨੇ, ਔਰ ਉਹਨਾਂ ਦੀ ਤੁਲਨਾਤਮਕ ਅਧਿਐਨ ਇੱਕ ਬਲਤਕਾਰੀ ਦੇ ਨਾਲ ਕੀਤਾ ਜਾ ਰਿਹਾ ਹੈ। ਪ੍ਰਸ਼ਨ ਇਹ ਰਹੇਗਾ ਕਿ ਆਖਰ ਇਹਨਾਂ ਦੀ ਹਿੰਮਤ ਕਿਉਂ ਪੈਂਦੀ ਹੈ? ਮੈਂ ਇਸ ਦੇ ਨਾਲ ਹੀ ਨਾਲ ਇੱਕ ਦੋ ਗੱਲਾਂ ਆਪ ਜੀ ਨੂੰ ਹੋਰ ਦੱਸਦਾ ਚੱਲਾਂ, ਕਿਉਂਕਿ ਕਈ ਮੁੱਦੇ ਨੇ ਇਸ ਵਕਤ ਵਿਚਾਰ ਅਧੀਨ। ਜਿਸ ਤਰ੍ਹਾਂ ਕਿ ਕਰਨਾਟਕ ਦੇ ਵਿੱਚ ਕਿਰਪਾਨ ਦਾ ਬੈਨ ਕੀਤਾ ਜਾਣਾ, ਹੁਣ ਜ਼ਾਹਿਰ ਤੌਰ ਉੱਪਰ ਫਿਰ ਗੱਲ ਉੱਥੇ ਆਏਗੀ ਕਿ ਇੱਕ ਪਾਸੇ ਉਹ ਪੱਤਰਕਾਰ ਨੇ ਜਿਹੜੇ ਸਿੱਖੀ ਦੇ ਖਿਲਾਫ਼ ਇਸ ਤਰ੍ਹਾਂ ਸਰੇਆਮ ਲਿਖ ਰਹੇ ਨੇ, ਦੂਸਰੇ ਪਾਸੇ ਸਰਕਾਰਾਂ ਵੀ ਇਸ ਵਕਤ ਜਾਪਦਾ ਇਸ ਤਰ੍ਹਾਂ ਕਿ ਸਾਡੇ ਹੱਕ ਦੇ ਵਿੱਚ ਨੇ। ਕਿਰਪਾਨ ਦੇ ਉੱਤੇ ਪਾਬੰਦੀ, ਉਹਨਾਂ ਨੇ ਸਿਰਫ ਕਿਰਪਾਨ ਦੇ ਉੱਤੇ ਪਾਬੰਦੀ ਲਗਾਉਣ ਵਾਸਤੇ ਨਾਲ ਉਹਨਾਂ ਨੇ ਚਾਲ ਕੀ ਖੇਡੀ ਹੈ ਜੀ, ਗੋਰਖਿਆਂ ਦੀ ਕੁੱਕਰੀ ਉੱਪਰ ਵੀ, ਜਿਹੜੇ ਗੋਰਖਿਆਂ ਕੋਲ ਕੁੱਕਰੀ ਹੁੰਦੀ ਨਾ ਉਹਦੇ ਉੱਤੇ ਵੀ ਪਾਬੰਦੀ ਲਗਾ ਦਿੰਦੀ ਹਾਂ। ਗੋਰਖਿਆਂ ਦੀ ਕੁੱਕਰੀ ਕੋਈ ਲਾਜ਼ਮੀ ਥੋੜ੍ਹੀ ਹੈ, ਕੋਈ ਸਾਡਾ ਕਕਾਰ ਤਾਂ ਲਾਜ਼ਮੀ ਸਾਡਾ ਇੱਕ ਅੰਗ ਹੈ। ਫਿਰ ਉਹਨੇ ਕਿਹਾ ਕਿ ਇਸ ਕਕਾਰ ਨੂੰ ਜਿਸਨੇ ਪਹਿਨਣਾ ਉਸਨੂੰ ਲਾਇਸੈਂਸ ਲੈਣਾ ਪਵੇਗਾ। ਜ਼ਰੂਰ ਆਪਾਂ ਇਸ ਮੁੱਦੇ ਨੂੰ ਛੇੜਾਂਗੇ, ਭਾਵੇਂ ਇਹ ਮੁੱਦਾ ਅੱਜ ਦੇ ਮੁੱਦੇ ਦੇ ਨਾਲ ਮੈਚ ਨਹੀਂ ਖਾਂਦਾ, ਪਰ ਮੁੱਦਾ ਤਾਂ ਮੁੱਦਾ ਹੀ ਹੈ। ਇਸ ਤੋਂ ਇਲਾਵਾ ਜਿਹੜੀਆਂ ਸਾਡੇ ਪਾਸ ਹੋਰ ਐਸੀਆਂ ਕੁਝ ਖਬਰਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੱਸਦਿਆਂ ਵੀ ਸ਼ਰਮ ਆਉਂਦੀ ਹੈ ਮੇਰੇ ਪਾਸ, ਉਹ ਸਾਰੀਆਂ ਰਿਪੋਰਟਾਂ ਨੇ ਕਿ ਇੱਕ ਖਬਰ ਸਾਡੇ ਪਾਸ ਪਹੁੰਚੀ ਹੈ, ਕਿਉਂਕਿ ਹੁਣੇ ਪਿੱਛੇ ਜੇ ਪਰਸੋਂ ਰੋਜ਼ 12 ਸਤੰਬਰ ਨੂੰ ਆਪਾਂ ਜੋ ਮਹਾਂਪੁਰਖਾਂ ਦੀ ਰਿਕਾਰਡਿੰਗ ਨਸ਼ਰ ਵੀ ਹੋਈ ਹੈ, ਜਿਸ ਦੇ ਵਿੱਚ ਉਹਨਾਂ ਨੇ ਕਾਰਨ ਦੱਸਿਆ ਕਿ ਉਹਨਾਂ ਨੇ ਜਗਬਾਣੀ ਦੇ ਉਸ ਵਕਤ ਦੇ ਜਿਹੜੇ ਐਡੀਟਰ ਸਨ ਲਾਲਾ ਜਗਤ ਨਾਰਾਇਣ, ਉਸ ਦਾ ਕਤਲ ਕਿਸੇ ਗੁਰਸਿੱਖ ਨੇ ਕਿਉਂ ਕੀਤਾ, ਆਖਰ ਉਹਨਾਂ ਨੇ ਕਿਉਂ ਸਿੱਖ ਭਾਵਨਾਵਾਂ ਦੇ ਨਾਲ ਜਿਹੜੀ ਛੇੜਛਾੜ ਕੀਤੀ ਸੀ। ਹੁਣ ਸਿੱਖ ਭਾਵਨਾਵਾਂ ਦੇ ਨਾਲ ਛੇੜਛਾੜ ਉਹ ਕਰ ਰਹੇ ਨੇ ਜਾਂ ਆਪਣੇ ਕਰ ਰਹੇ ਨੇ, ਹੁਣ ਦੇਖਣਾ ਕਿ ਉਹਨਾਂ ਦਾ ਜਿਸ ਵਕਤ 12 ਸਤੰਬਰ ਨੂੰ ਉਹਨਾਂ ਦਾ ਦਿਹਾੜਾ ਬਣਾਇਆ ਗਿਆ, ਹੁਣ ਮੈਂ ਉਹਨੂੰ ਕੀ ਕਹਾਂਗਾ, ਦਿਹਾਂਤ ਹੀ ਕਹਾਂਗਾ, ਸ਼ਹਾਦਤ ਆਪਾਂ ਕਹਿ ਨਹੀਂ ਸਕਦੇ, ਪਰ ਜਿਹੜੇ ਸਾਡੇ ਆਪਣੇ ਅਕਾਲੀ ਨੇ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ, ਮੇਰੇ ਪਾਸ ਇਹ ਸਾਰੀ ਡਿਟੇਲ ਹੈ ਔਰ ਮੈਂ ਡਿਟੇਲ ਨਾਲ ਲੈ ਕੇ ਆਇਆ। ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਨੇ ਹੱਕ ਸੱਚ ਲਈ ਬਲੀਦਾਨ ਦਿੱਤਾ, ਚੰਦੂ ਮਾਜਰਾ ਕਹਿ ਰਿਹਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈ, ਆਪਣਾ ਚਿਹਰਾ ਇਹ ਆਪ ਤਾਂ ਨੰਗਾ ਕਰ ਹੀ ਰਹੇ ਨੇ, ਪਰ ਇਹ ਮੇਰਾ ਪ੍ਰਸ਼ਨ ਇਹ ਹੈ ਕਿ ਉਸਨੇ ਤਾਂ ਸਿੱਖ ਭਾਵਨਾ ਨੂੰ ਠੇਸ ਪਹੁੰਚਾਈ, ਉਹ ਤਾਂ ਗੈਰ ਸਿੱਖ ਸੀ ਲਾਲਾ ਜਗਤ ਨਾਰਾਇਣ, ਪਰ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਨੇ, ਬਲਕਿ ਅਕਾਲੀ ਅਖਵਾਉਂਦੇ ਨੇ, ਉਹ ਜਿਹੜੇ ਸਿੱਖ ਭਾਵਨਾ ਨੂੰ ਇੱਦਾਂ ਦੇ ਬਿਆਨ ਦੇ ਕੇ ਠੇਸ ਪਹੁੰਚਾ ਰਹੇ ਨੇ। ਤੋ ਇਹਨਾਂ ਸਾਰੀਆਂ ਗੱਲਾਂ ਨੂੰ ਸਮੇਟਦੇ ਹੋਏ ਆਪਾਂ, ਕਿਉਂਕਿ ਵਕਤ ਸਾਡੇ ਪਾਸ ਅੱਜ ਲਿਮਿਟਿਡ ਹੀ ਰਹੇਗਾ, ਮਹਿਮਾਨ ਵੀ ਨੇ ਔਰ ਆਪ ਜੀ ਦੇ ਫੋਨ ਕਾਲਸ ਵੀ ਲੈਣੀਆਂ ਨੇ, ਆਪਾਂ ਸਾਰੀਆਂ ਇਹਨਾਂ ਗੱਲਾਂ ਨੂੰ ਇਹਨਾਂ ਮੁੱਦਿਆਂ ਨੂੰ ਛੇੜਨ ਤੋਂ ਪਹਿਲਾਂ ਮੈਂ ਜਾਣ ਪਹਿਚਾਣ ਕਰਾ ਦਿਆਂ। ਮੇਰੇ ਨਾਲ ਸੱਜੇ ਪਾਸੇ ਬੈਠੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸਾਹਿਬ ਰਘਵੀਰ ਸਿੰਘ ਸਾਹਿਬ ਜੀ, ਜਿਹੜੇ ਕਿ ਇਸ ਵਕਤ ਇੰਟਰਨੈਸ਼ਨਲ ਪੰਥਕ ਦਲ ਦੀ ਨੁਮਾਇੰਦਗੀ ਕਰਨਗੇ ਅੱਜ ਦੇ ਇਸ ਮੁੱਦੇ ਦੇ ਉੱਤੇ, ਔਰ ਮੇਰੇ ਖੱਬੇ ਪਾਸੇ ਬੈਠੇ ਨੇ ਸਰਦਾਰ ਲਵਛਿੰਦਰ ਸਿੰਘ ਜੀ ਡੱਲੇਵਾਲ, ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਨੇ, ਔਰ ਯੂਨਾਈਟਿਡ ਖਾਲਸਾ ਦਲ ਦੇ ਆਪ ਜਨਰਲ ਸਕੱਤਰ ਹੋ, ਯੂਨਾਈਟਿਡ ਖਾਲਸਾ ਦਲ ਵੱਲੋਂ ਆਪ ਨੁਮਾਇੰਦਗੀ ਕਰੋਗੇ। ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਨੁਮਾਇੰਦੇ ਬੁਲਾਏ ਸਨ, ਸ਼ਾਇਦ ਉਹ ਅੱਧ ਤੋਂ ਬਾਅਦ ਪਹੁੰਚ ਜਾਣ ਜਾਂ ਕਿਸੇ ਵਕਤ ਵੀ ਪਹੁੰਚ ਜਾਣ, ਉਹਨਾਂ ਦਾ ਆਪਾਂ ਸਵਾਗਤ ਕਰਾਂਗੇ। ਬਿਲਕੁਲ ਆਖਿਰ 'ਤੇ ਬੈਠੇ ਨੇ ਸਤਿਕਾਰਯੋਗ ਸਰਦਾਰ ਚਰਨ ਸਿੰਘ ਸਾਹਿਬ ਜੀ, ਧਰਮਯੁੱਧ ਜੱਥਾ ਦਮਦਮੀ ਟਕਸਾਲ ਵੱਲੋਂ ਆਪ ਨੁਮਾਇੰਦਗੀ ਕਰੋਗੇ। ਮੈਂ ਆਪਣੇ ਸਾਰੇ ਹੀ ਆਏ ਹੋਏ ਗੁਰਸਿੱਖ ਵੀਰਾਂ ਨੂੰ ਚੈਨਲ ਦੇ ਉੱਤੇ ਸਵਾਗਤ ਕਰਦੇ ਹੋਏ ਫਤਿਹ ਅਰਜ਼ ਕਰਦਾ। ਵਾਹਿਗੁਰੂ। ਲਵਿੰਦਰ, ਤੁਸੀਂ ਤੁਹਾਡੇ ਕੋਲ ਮੈਂ ਪਹਿਲਾਂ ਇਸ ਕਰਕੇ ਆਉਣਾ ਚਾਹਾਂਗਾ ਕਿ ਤੁਸੀਂ ਇੱਕ ਆਰਟੀਕਲ ਲਿਖਿਆ, ਬਹੁਤ ਅੱਛਾ ਆਰਟੀਕਲ, ਮੈਂ ਸਾਰਾ ਇਸ ਆਰਟੀਕਲ ਨੂੰ ਪੜ੍ਹਿਆ, ਲੇਕਿਨ ਪ੍ਰਸ਼ਨ ਇਹ ਹੈ ਕਿ ਇਹਨਾਂ ਲੋਕਾਂ ਦੀ ਇਸ ਵਕਤ, ਕਿਉਂਕਿ ਜਿਸ ਵਕਤ ਮਹਾਂਪੁਰਖ ਸਨ ਕਿਸੇ ਦੀ ਇੰਨੀ ਹਿੰਮਤ ਵੀ ਨਹੀਂ ਸੀ ਪੈਂਦੀ ਕਿ ਉਹ, ਉਸ ਤੋਂ ਬਾਅਦ ਕੀ ਹੋਇਆ ਕਿ
कभी साढ़े गुरु ग्रंथ साहब जी की बेदबी कभी किसी के, लेकिन आ जी एक किस्म की लिखती रूप के उसने अपना ये दिता है, अपनी अकल का दुआला ही कड़िया। मैं तो कहंगा इन ऐसा कुछ गल्लां ने जिहड़ियां कि एक पत्रकारी दुनिया के आप स्वीकार भी नहीं कर सकते। इन्हां लोगों की इन्नी हिम्मत क्यों पैंदी? ठीक है तू अपने वो खिलाफ़ लिख जो है राम रहीम, पर तुलनात्मक अध्ययन एक ऐसी सिख शख्सियत दे नाल कर रहे जिहड़ी कि सारी सिख कौम दे विच एक सत्कारयोग हस्ती है। की तुसीं इहदे बारे कहोगे डॉक्टर साहब? जरा यह कुलदीप नैयर है ना जी जी, आफ्टरऑल है तो उस भाईचारे का ना, ठीक है, जो एंटी सिख भाईचारा आया है, ठीक है, दुबा समझती है, बिल्कुल इस विच कोई शक नहीं, उस भाईचारे का है, कोई शक नहीं। इन्हों के मन के जी सिख कौम प्रति जी नफरत है ना, वह नाज तक गई आ समानता देखो एक सूरज है ना, सूरज रोशनी दिंदा, बहुत महान है, पूरी दुनिया नूं रोशनी दिंदा, दूजे पासे छोटा जिहा दीवा होवे ना, वो दोनों की जे आपां तुलना करिए ना सर, उहदे इन्नी समानता हो सकदी, वह भी रोशनी दिंदा, दीवा पर बहुत बहुत थोड़ी रहेगा, सूरज भी रोशनी दिंदा, पर इत्थे तो भी समानता नहीं ना, इत्थे तो भी है नहीं, इत्थे तो भी है नहीं, हां जी, पासे तां वह महापुरख है ना जिहड़ा कह रहा भई है ना, जे इहो जिहा समां बन जावे, कोई इहो जिहा समां बन जावे तुहाडे घर कोई हिंदू की लड़की, मुसलमान की लड़की, ईसाई की लड़की आके पनाह लेनी पवे, जां कौम दे कातल दी लड़की नूं आके पनाह लेनी पै जावे, तां तुसीं उहदी इज्जत की रखवाली करनी आ, बिल्कुल अपनी जान दे देनी, पर उहदी किसे नूं इज्जत नहीं देनी, यही साडा सिद्धांत है, हांजी बिल्कुल, एक पासे दा महापुरख आ, बिल्कुल हांजी, ते दूजे पासे उह आ असाद बलात्कारी, ते जिहदी आपां करतूतां सारियां जग जाहिर हो चुकी आ। मतलब पहला गल ते तुसीं प्रश्न दा जवाब दे दित्ता कि अपनी पड़ास कढ रहे ने, मेरा प्रश्न इह सी कि इहनां दी हिम्मत किस तरह पै रही है, क्योंकि की साडे विच कमजोरियां आ चुकियां ने, कि असीं क्योंकि आपां चरण सिंह साहब कोलों वी, रघुवीर सिंह साहब कोलों वी, इह वी क्वेश्चन पुछांगे आपां, हिम्मत आउण दा इही कारण आ क्योंकि सब दो तरह की शक्ति होंदी आ किसे वी कौम दे कोल, जी जी जी, जिहड़ी तां गुलाम कौम होवे उहदे कोल शक्ति होंदी आ संघर्ष दी, बादल दी गल करिए, इहो जिहा जिहड़ा बहरूपी सिख आ ना, उह सिर्फ हिंदू तों वी जिहड़ी लॉबी आ उहने उह खरीदे होए आ, उस करके उह ना संघर्ष नूं किसे पासे जाण दिंदे आ, ते दूजे पास देखण वाले नूं सिख लगदे आ, पर उहनां दे हर कदम हर गल उहनां दी सिख विरोधी हुंदी आ। जे चंदू माजरे दी गल करिए ना, 1985 दी गल आ जदों उत्थे अमृतसर दे विच ना इह सिख फैडरेशन दा दफ्तर बणाया सीगा मई दे विच, ते जून महीने दे शुरू दे विच उहदा घल्लूकारा मनाउणा सीगा, उह पहली बरेगंढ ना, उहनूं इक उत्थे साडे कोल दफ्तर च आया बंदा, इहदी इक आडियो दे गिया सीगा, चंदू माजरे दी, उस वेले कामरेड हुंदा सीगा जदों दी आडियो सी, उहदे विच इह कह रिहा भई आ नीलियां पीलियां पग्गां वाले बाबे इहनूं अकल है नहीं, ਇਹ ਕੜਾਹ ਖਾਣੇ ਬਾਬੇ ਆ, ਇਹ ਦੇਖੋ ਤਰਨ ਤਾਰਨ ਸਾਹਿਬ ਦਾ ਨਾ, ਇਹ ਸਾਹਿਬ ਨਹੀਂ ਕਹਿ ਰਿਹਾ, ਇਹ ਕੱਲਾ ਤਾਂ ਕਹਿ ਰਿਹਾ ਬਈ ਦੇਖੋ ਤਰਨ ਤਾਰਨ ਦਾ ਕਿੱਡਾ ਸਰੋਵਰ ਆ, ਉਹਨੂੰ ਪੂਰ ਕੇ ਉੱਥੇ ਝੋਨਾ ਲਾਓ, ਕਿੰਨੇ ਬੰਦੇ ਨੂੰ ਰੋਟੀ ਖਾ ਸਕਦੇ ਆ, ਇਹ ਸੋਚ ਸੀਗੀ ਇਸ ਬੰਦੇ ਦੀ, ਮੁੜ ਕੇ ਆਪ ਇਹ ਅਕਾਲੀ ਬਣ ਗਿਆ ਉਹੀ ਜਿਹਨਾਂ ਨੂੰ ਹੁੰਦਾ ਸੀ, ਸੋਚ ਫਿਰ ਵੀ ਨਹੀਂ ਬਦਲੀ, ਸੋਚ ਫਿਰ ਵੀ ਬਦਲੀ, ਸੋਚ ਉਹੀ ਉਹ ਜਿਹੜੀ ਕਾਮਰੇਟੀ ਦਿਮਾਗ ਸੀਗੀ ਉਹੀ ਰਹੀ ਆ, ਉਹੀ ਹੁਣ ਬੋਲ ਰਿਹਾ ਆ। ਦਰਸ਼ਕ ਮੈਂ ਮੇਰੇ ਪਾਸ ਹੋਰ ਤੁਹਾਡੇ ਲਈ ਕੁਛ, ਹਾਂ ਜੇ ਆਪਾਂ ਚੰਦੂ ਮਾਜਰੇ ਦੀ ਗੱਲ ਕਰੀਏ ਨਾ, ਉਹ ਕਹਿ ਰਿਹਾ ਭਈ ਲਾਲੇ ਜਗਤ ਨਰਾਇਣ ਦੀ ਉਪਮਾ ਕੀਤੀ ਆ ਉਹਨੇ, ਉਹਨੇ ਕਿਹਾ ਕਿ ਉਹਦਾ ਸੱਚ ਦੇ ਪ੍ਰਤੀ ਬਲਦਾਨ ਸੀ। ਜੇ ਹੁਣ ਲਵਸ਼ਿੰਦਰ ਇੱਥੇ ਤੁਸੀਂ ਇੱਕ ਹੋਰ ਪ੍ਰਸ਼ਨ ਰੇਜ਼ ਕਰ ਦਿੱਤਾ, ਉਹ ਕਹਿੰਦਾ ਕਿ ਸੱਚ ਦੇ ਪ੍ਰਤੀ ਉਹਦਾ ਬਲਦਾਨ ਸੀ, ਤੇ ਸੱਚ ਕੀ ਸੀਗਾ ਜਿਹਦੇ ਪਿੱਛੇ, ਚਲੋ ਮੈਂ ਮੰਨ ਲੈਣਾ ਬਲਦਾਨ ਹੋਇਆ, ਸੱਚ ਦੇ ਪਿੱਛੇ ਕਿਹੜਾ ਬਲਦਾਨ, ਸੱਚ ਕੀ ਸੀਗਾ ਕਿ ਉਹਨੇ ਸਾਹਿਬ ਪਾਤਸ਼ਾਹ ਜੀ ਦੀ ਤਸਵੀਰ ਜਿਹੜੀ ਹੈ ਉਹ ਆਪਣੇ ਨਹੀਂ ਉਹਦੇ ਮੁੰਡੇ ਨੂੰ, ਇਹਦੇ ਮੁੰਡੇ ਨੇ ਛਾਪੀ ਸੀ, ਤੇ ਇਹਦੇ ਵੀ ਮਤਲਬ ਜਿਹੜੀ ਇਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਡਾਕੂ ਕਿਹਾ ਸੀ ਨਾ, ਇਹਦਾ ਮਤਲਬ ਫਿਰ ਉਹ ਐਕਸੈਪਟ ਕਰ ਰਿਹਾ ਬਾਪੂ ਕਹਿ ਲੈਂਦੇ ਆ, ਜਦੋਂ ਲੋੜ ਪੂਰੀ ਹੋ ਜਾਂਦੀ ਇਹਨਾਂ ਦੀ ਫਿਰ ਇਹ ਬਾਪੂ ਨੂੰ ਗਧਾ ਬਣਾ ਦਿੰਦੇ ਆ, ਉਹੀ ਗੱਲ ਕੰਮ ਇਹਨਾਂ ਦਾ ਆ, ਚਾਹੇ ਚੰਦੂ ਮਾਜਰਾ ਦੇਖ ਲਈਏ ਤੇ ਚਾਹੇ ਲੈ ਲਈਏ ਪਰਮੀ ਸਰਨਾ, ਇਹਨੇ ਲਾਲੇ ਜਗਤ ਫੇਰ ਨੂੰ ਸ਼ਹੀਦ ਗਿਆ, ਉਹ ਰਕਾਬਗੰਜ ਸਰ, ਉਹਨੇ ਇਹਦੇ ਪੁੱਤ ਨੂੰ ਸ਼ਹੀਦ ਗਿਆ, ਰਕਾਬਗੰਜ ਸਰ ਜੀ, ਤੁਸੀਂ ਕੀ ਕਹੋਗੇ ਇਹਦੇ ਬਾਰੇ?
ਦਰਅਸਲ 'ਚ ਜਿਹੜੀ ਚੀਜ਼ ਚੱਲਦੀ ਹੁੰਦੀ ਆ ਉਹਦੇ ਕੁਛ ਪਿੱਛੇ ਕਾਰਨ ਹੁੰਦੇ ਆ ਜੀ। ਜਿਹੜਾ ਨਈਅਰ ਨੇ ਵੀ ਇਹ ਗੱਲ ਬੋਲੀ ਆ, ਕਿਉਂਕਿ ਨਈਅਰ ਇੱਕ ਉਹ ਇਨਸਾਨ ਆ ਜਿਹੜਾ ਇੱਕ ਸਰਦਾਰ ਗੁਰਬਖਸ਼ ਸਿੰਘ ਦਾ ਪੁੱਤਰ ਕੁਲਦੀਪ ਸਿੰਘ ਨਈਅਰ ਤੋਂ ਕੁਲਦੀਪ ਨਈਅਰ ਰਹਿ ਗਿਆ। ਠੀਕ ਹੈ। ਕਿਉਂਕਿ ਇਹਦੀ ਇਹਦਾ ਜਿਹੜਾ ਮੇਲ ਖਾਂਦਾ ਉਹ ਤਾਂ ਇਹਦਾ ਆਪਣਾ ਖਾਂਦਾ ਮੇਲ ਇਹਦੀ ਜ਼ਿੰਦਗੀ ਦਾ ਰਾਮ ਰਹੀਮ ਦੇ ਨਾਲ, ਕਿਉਂਕਿ ਰਾਮ ਰਹੀਮ ਵੀ ਲੜਕੀਆਂ ਦਾ ਬਲਾਤਕਾਰ ਕਰਦਾ ਸੀ ਅਤੇ ਇਹਦਾ ਵੀ ਭੀਮ ਸੈਨ ਸੱਚਰ ਜਿਹੜਾ ਪਹਿਲਾ ਹੋਇਆ ਮੁੱਖ ਮੰਤਰੀ ਪੰਜਾਬ ਦਾ, ਉਸ ਦੀ ਕੁੜੀ ਦੇ ਨਾਲ ਪਿਆਰ ਸੀ। ਉਹਦਾ ਸਨ ਲਾਇਆ ਸੀ ਨਾ, ਸਨ ਇਨਲਾ ਤਾਂ ਮਗਰੋਂ ਹੀ ਬਣਦਾ, ਪਹਿਲਾਂ ਸ਼ੁਰੂਆਤ ਹੋਈ ਨਾ ਜਿੱਥੋਂ। ਹਾਂਜੀ ਹਾਂਜੀ। ਅਤੇ ਇਹਦਾ ਇਹਨੇ ਉਸ ਦੇ ਨਾਲ ਵਿਆਹ ਕਰਾਉਣ ਦਾ ਕਰਕੇ ਆਪਦੇ ਧਰਮ ਨੂੰ ਛੱਡ ਦਿੱਤਾ। ਦੂਸਰੀ ਗੱਲ, ਉਸ ਤੋਂ ਵੀ ਪਹਿਲਾਂ ਜਦੋਂ ਆਪਣੇ ਤੁਸੀਂ ਆਪਾਂ ਸਾਰੇ ਜਾਣਦੇ ਇਤਿਹਾਸ ਨੂੰ ਕਿ ਕੁਝ ਲੋਕ ਜਿਹੜੇ ਸੀ ਜਿਹੜੇ ਹਿੰਦੂ ਘਰਾਣਿਆਂ ਦੇ ਸੀ ਉਹ ਮੁਗਲਾਂ ਨੂੰ ਆਪਣੀਆਂ ਲੜਕੀਆਂ ਦੇ ਡੋਲੇ ਦੇ ਕੇ ਰਾਜ ਲੈਂਦੇ ਸੀ। ਬਿਲਕੁਲ। ਇੱਦਾਂ ਦੇ ਘਰਾਣੇ ਪਹਿਲਾਂ ਮੁਗਲਾਂ ਦੇ ਥੱਲੇ ਜਾਂਦੇ ਰਹੇ, ਜਦੋਂ ਸਿੱਖ ਰਾਜ ਆ ਗਿਆ ਤਾਂ ਇਹ ਲੋਕਾਂ ਨੇ ਸਿੱਖ ਰਾਜ ਦੇ ਵਿੱਚ ਸਿੱਖੀ ਅਪਣਾਉਣੀ ਸ਼ੁਰੂ ਕਰ ਲਈ। ਠੀਕ ਹੈ। ਜਿਹੜੀ ਕਿ ਵਿਖਾਵੇ ਦੀ ਸੀ, ਜਿਹੜੀ ਤੁਸੀਂ ਜਾਣਦੇ ਹਾਂ ਕਿ ਜਿਹੜੇ ਕਾਮਰੇਡ ਲੋਕ ਆ ਸਾਡੇ ਵਿੱਚ ਵੱਡੀ ਪ੍ਰੋਬਲਮ ਇਹ ਪਈ ਹੋਈ ਆ ਹੁਣ ਕਿ ਜਿਹੜੇ ਲੋਕ ਕਾਮਰੇਡ ਸੁਭਾਅ ਦੇ ਸੀ ਉਹਨਾਂ ਦਾ ਕੋਈ ਵੇਸ ਰਿਹਾ ਨਹੀਂ ਜੀ। ਠੀਕ ਹੈ। ਅਤੇ ਉਹਨਾਂ ਨੇ ਰਲ ਗਿਆ, ਸਾਡੀਆਂ ਧਾਰਮਿਕ ਸੰਸਥਾਵਾਂ ਦੇ ਵਿੱਚ ਵੀ ਦਾੜੀ ਕੇਸ ਰੱਖ ਕੇ ਰਲ ਗਿਆ, ਨੀਤ ਉਹਨਾਂ ਦੀ ਉਹੀ ਆ। ਆਪਾਂ ਉਹਨਾਂ ਨੂੰ ਮਾੜੇ ਨਹੀਂ ਕਹਿੰਦੇ, ਉਹਨਾਂ ਦੀ ਸੋਚ ਹੈ ਰੱਖਣ ਆਪਦੀ ਵੱਖ ਰੱਖਣ। ਕਾਰਨ ਅਸੀਂ ਉਹਨਾਂ ਨੂੰ ਪਛਾਣ ਨਹੀਂ ਸਕਦੇ, ਉਹ ਨਹੀਂ ਪਛਾਣ ਤਾਂ ਸਕਦੇ ਹਾਂ ਜੀ। ਉਹਦਾ ਸਾਡਾ ਲੀਡਰ ਬਣਿਆ ਅੱਜ ਕੱਲ੍ਹ, ਪਛਾਣ ਆਪਾਂ ਸਕਦੇ ਹਾਂ, ਪਛਾਣਦੇ ਵੀ ਹਾਂ, ਪਰ ਉਹਦਾ ਕਾਰਨ ਇੱਕ ਬਣ ਗਿਆ ਕਿ ਜਿਹੜੀ ਇਹਨਾਂ ਨੇ ਦੱਸਿਆ ਕਿ ਗੁਲਾਮੀ ਆ। ਜਿਵੇਂ ਹੁਣ ਜਗਬਾਣੀ ਦੇ ਵਿੱਚ ਉਹਨੇ ਲਾਇਆ, ਉਹਨੇ ਸੰਤਾਂ ਦੇ ਨਾਲ ਜਿਹੜਾ ਜਿਹੜੇ ਸੰਤ ਉਹ ਆ ਜਿਹਨੇ ਇੱਕ ਨੇ ਆ ਕੇ ਕਿਹਾ ਕਿ ਜ਼ਬਰਦਸਤੀ ਮੇਰੀ ਲੜਕੀ ਨੂੰ ਚੱਕ ਲਗਾ, ਔਰ ਸੰਤਾਂ ਨੇ ਇੱਕ ਸਿੰਘ ਦੀ ਡਿਊਟੀ ਲਾ ਦਿੱਤੀ। ਮੈਂ ਨਾਂ ਵੀ ਜਾਣਦਾ ਉਹਦਾ, ਪਰ ਮੈਂ ਚਾਹੁੰਦਾ ਨਹੀਂ, ਪਰ ਉਹਨਾਂ ਨੇ ਕਿਹਾ 5 ਵਜੇ ਤੱਕ ਲੜਕੀ, ਜੇ ਤਾਂ ਤੁਹਾਡੀ ਆਪਦੀ ਮਰਜ਼ੀ ਨਾ ਗਈ ਹੋਈ ਤੇ 5 ਵਜੇ ਤੱਕ ਤੁਹਾਡੀ ਸ਼ਾਮ ਨੂੰ ਲੜਕੀ ਘਰ ਹੋ ਜਾਏਗੀ, ਔਰ ਘਰ ਭੇਜ ਦਿੱਤੀ। ਔਰ ਜੋ ਕੁਛ ਉਹ ਹੋਇਆ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਇਤਿਹਾਸ ਦੇ ਵਿੱਚ। ਦੂਸਰਾ, ਹਿੰਦੂਆਂ ਦੀ ਇੱਕ ਲੜਕੀ ਆ ਗਈ, ਉਹਨੂੰ ਤੰਗ ਕਰਦੇ ਸੀ, ਉਹ ਵੀ ਸੱਦ ਕੇ ਸੰਤਾਂ ਨੇ ਉਹ ਕਿਹਾ ਵੀ ਮੁੰਡੇ ਨੂੰ ਕਿਹਾ ਕਿ ਲੜਕੀ ਨੂੰ ਨਹੀਂ ਤੰਗ ਕਰਨਾ, ਤੁਸੀਂ ਮੋਟਰਸਾਈਕਲ ਲੈਣਾ ਮੈਂ ਲੈ ਦੇਣਾ, ਠੀਕ ਹੈ, ਪੈਸੇ ਲੈਣੇ ਮੈਂ ਤੁਹਾਨੂੰ ਦੇ ਦੇਣਾ, ਪਰ ਤੁਸੀਂ ਇਸ ਗੱਲ ਤੋਂ ਤੰਗ ਨਾ ਕਰੋ ਕਿ ਤੂੰ ਪੇਕਿਆਂ ਤੋਂ ਪੈਸੇ ਲਿਆ, ਕਿਉਂ ਗਰੀਬ ਆ। ਉਹ ਸਾਰੇ ਫੈਸਲੇ ਕਰਾਏ ਕਰਾਏ ਜੀ ਕਰਾਏ। ਕਿੱਥੇ ਸੰਤਾਂ ਦੀ ਸ਼ਖਸੀਅਤ? ਸੰਤ ਇੱਕ ਉਹ ਸ਼ਖਸੀਅਤ ਆ ਜਿਹੜੀ ਕਲਗੀਧਰ ਪਾਤਸ਼ਾਹ ਤੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਬਾਬਾ ਦੀਪ ਸਿੰਘ ਤੋਂ ਬਾਅਦ 14ਵੇਂ ਮੁਖੀ ਆ, ਔਰ ਬਾਬਾ ਦੀਪ ਸਿੰਘ ਨੇ ਇੱਕ ਨੀ ਦੋ ਨੀ ਸੈਂਕੜੇ ਦੀ ਗਿਣਤੀ ਦੇ ਵਿੱਚ ਹਿੰਦੂ ਲੜਕੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਤੋਂ ਛਡਾ ਛਡਾ ਕੇ ਤਾਂ ਉਹਨਾਂ ਦੇ ਘਰ ਭੇਜਿਆ। ਇਹ ਦੱਸੇ ਵੀ ਰਾਮ ਰਹੀਮ ਨੇ ਕਿਹਨੂੰ ਘਰ ਭੇਜਿਆ, ਉਹ ਤਾਂ ਘਰਾਂ ਤੋਂ ਪੱਟ ਪੱਟ ਕੇ ਲਿਆਉਂਦਾ ਸੀ। ਇਹ ਜੋੜਦੇ ਸਿਰਫ ਇਹਦਾ ਕਾਰਨ ਇੱਕ ਆ, ਮੈਂ ਜਿੱਥੋਂ ਤੱਕ ਹੁਣ ਆਸਾ ਰਾਮ ਉਹ ਜੇਲ੍ਹ 'ਚ ਆ, ਦੋ ਤਿੰਨ ਹੋਰ ਇੱਦਾਂ ਦੇ ਬਲਾਤਕਾਰੀ ਜੇਲ੍ਹ 'ਚ ਆ ਜਿਹੜੇ ਵੱਡੇ ਵੱਡੇ ਸੀ ਇੱਦਾਂ ਦੇ ਰਾਮ ਰਹੀਮ, ਉਹਨਾਂ ਨਾਲ ਕਿਉਂ ਨਹੀਂ ਇਹ ਜੋੜ ਰਿਹਾ? ਉਹਦਾ ਕਾਰਨ ਇੱਕ ਇਹ ਆ ਵੀ ਰਾਮ ਰਹੀਮ ਜਿਹੜਾ ਉਹ ਬਣਿਆ ਉਹ ਗੁਰਮੀਤ ਸਿੰਘ ਦੇ ਨਾਂ ਤੋਂ ਰਾਮ ਰਹੀਮ ਬਣ ਗਿਆ, ਉਹ ਫਿਰ ਲਿਆ ਕੇ ਮੁੜ ਕੇ ਜੋੜ ਕੇ ਇਹਨਾਂ ਨੂੰ ਅਤੇ ਸਾਨੂੰ ਸਿੱਖ ਕੌਮ ਨੂੰ ਬਦਨਾਮ ਕਰਨ ਦਾ ਜਿਹੜਾ ਇਹਨਾਂ ਦਾ ਹੁੰਦਾ ਵੀ ਕਰਨਾ ਆ, ਉਹ ਇੱਕ ਬਦਨਾਮ ਬੰਦੇ ਨੂੰ ਜੋੜ ਕੇ ਅਤੇ ਸੰਤਾਂ ਦੇ ਨਾਲ ਮਿਲਾ ਰਿਹਾ, ਜਦੋਂ ਕਿ ਇਹਦੇ ਕੋਲ ਹੋਰ ਬੜੇ ਜਿਹੜੇ ਬਲਾਤਕਾਰੀ ਆ ਜਿਹੜੇ ਫੜੇ ਆਲਰੇਡੀ ਸਜ਼ਾ ਭੁਗਤ ਰਹੇ। ਸੰਤ ਤਾਂ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾ ਰਹੇ ਆ, ਇਹ ਲੋਕਾਂ ਧੀਆਂ ਭੈਣ ਦੀ ਧੀਆਂ ਭੈਣਾਂ ਦੀ ਲੋਕਾਂ ਦੀਆਂ ਦੀ ਇਹ ਇੱਜ਼ਤ ਲੁੱਟ ਰਹੇ ਆ। ਬਿਲਕੁਲ ਜੀ, ਇਹ ਕਲੀਅਰ ਹੋ ਗਿਆ ਤੁਹਾਡੇ ਵੱਲੋਂ। ਆਪਾਂ ਹੁਣ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਨਾ ਇਹਨਾਂ ਦੀ ਅੰਦਰ ਗੁਲਾਮੀ ਆ ਜੀ ਜੀ ਜੀ, ਉਹਦਾ ਕਾਰਨ ਹੈ ਕਿ ਸਾਡੇ ਜਿਹੜੇ ਸਾਡੇ ਵਿੱਚ ਜਿਹੜਾ ਆ ਗਿਆ ਗੁਲਾਮੀ ਦੇ ਕਾਰਨ ਕਰਕੇ ਸਾਡੀ ਨੀਵੀਂ ਪੱਧਰ ਉਤਰ ਇੱਧਰ ਚੱਲ ਗਏ ਹਾਂ। ਜਦੋਂ ਸਾਡਾ ਕੋਈ ਵੀ ਸਿੱਖ ਜਿਵੇਂ ਆਪਾਂ ਕਹਿੰਦੇ ਪਛਾਣਦੇ ਨੇ, ਜਦੋਂ ਪਛਾਣਦੇ ਹਾਂ ਅਤੇ ਉਦੋਂ ਸਾਡਾ ਹੀ ਮੀਡੀਆ ਸਾਡੇ ਚੰਗੇ ਚੰਗੇ ਪ੍ਰਚਾਰਕ ਜਾਂ ਪਛਾਣਨ ਵਾਲਿਆਂ ਦੇ ਬਰਖਲਾਫ ਹੋ ਜਾਂਦੇ ਆ ਵੀ ਇਹਨਾਂ ਬੰਦਿਆਂ ਦਾ ਤਾਂ ਕੰਮ ਹੀ ਇਹ ਆ ਜੀ ਫੜਿਆ, ਪਛਾਣ ਕੇ ਤਾਂ ਦੱਸਦੇ ਵੀ ਇਹਨੂੰ ਬਿਮਾਰੀ ਲੱਗੀ। ਨਹੀਂ, ਮੈਂ ਕੌਮੀ ਪੈਮਾਨੇ 'ਤੇ ਗੱਲ ਕਰ ਰਿਹਾ ਸੀ, ਜੇ ਕੌਮ ਇਹਨਾਂ ਨੂੰ ਪਛਾਣ ਲੈਂਦੀ ਤਾਂ ਇਹ ਸਾਡੀ ਕੌਮ ਦੇ ਲੀਡਰ ਕਿਉਂ ਬਣਦੇ? ਮੇਰਾ ਇਹ ਪ੍ਰਸ਼ਨ ਸੀਗਾ, ਕਿਉਂਕਿ ਇਹ ਕੌਮ ਦੇ ਲੀਡਰ ਬਣੇ ਬੈਠੇ, ਚੰਦੂ ਮਾਜਰਾ ਹੋ ਗਿਆ, ਪ੍ਰਕਾਸ਼ ਸਿੰਘ ਬਾਦਲ ਬਾਟਾਵਰ ਜਿਹਨਾਂ ਦੇ, ਲਵਜਿੰਦਰ ਹੋਣਾ ਵੀ ਨਾਲ ਨੇ। ਇਹ ਮੈਂ ਤੁਹਾਡੇ ਕੋਲ ਫੇਰ ਆਉਣਾ ਕਿਉਂਕਿ ਸਾਡੇ ਨਾਲ ਹੁਣੇ ਹੁਣੇ ਜੁਆਇਨ ਕੀਤਾ ਸਤਿਕਾਰਯੋਗ ਗੁਰਦਿਆਲ ਸਿੰਘ ਜੀ, ਕੌਂਸਲਰ ਗੁਰਦਿਆਲ ਸਿੰਘ ਜੀ ਅਟਵਾਲ ਸਾਹਿਬ ਨੇ, ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਅੰਮ੍ਰਿਤਸਰ ਵੱਲੋਂ। ਔਰ ਸ਼ਾਇਦ ਉਹਨਾਂ ਨੇ ਸਾਡੀਆਂ ਸ਼ੁਰੂਆਤੀ ਗੱਲਾਂ ਨਹੀਂ ਸੁਣੀਆਂ, ਪਰ ਉਹਨਾਂ ਨੂੰ ਮੁੱਦਾ ਤਾਂ ਪਤਾ ਹੀ ਹੈ। ਰਘਵੀਰ ਸਿੰਘ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀ ਗੱਲ ਮੈਂ ਇਹਨਾਂ ਪਾਸੋਂ ਪੁੱਛੀ ਹੈ, ਲਵਜਿੰਦਰ ਸਿੰਘ ਹੁਣਾਂ ਤੋਂ ਅਤੇ ਚਰਨ ਸਿੰਘ ਸਾਹਿਬ ਤੋਂ? ਇਹ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰਦੀਪ ਸਿੰਘ ਜੀ, ਇੱਕ ਪਿੱਛੇ ਜੇ 4 ਕੁ ਮਹੀਨੇ ਤੋਂ
एक गल जी मतलब भारतीय सरकार ने मतलब एक मोहाली का हिंदू ही बंदा जिन्हें यह कढ़ाई थी भी संतां दे दसो कोई दोष हैगा कोई उन्हां ते केस हैगा कि जदों उन्होंने मतलब जो उन्होंने इंटरनल रिपोर्ट आ उन्होंने ये कहा भी संतां दे कोई भी अतवादी का केस नहीं गा जी सर जग जा रहा हाँ सर जग जा रहा मतलब असं तो कहने ही साढ़े लिए तो एक महान मतलब उन्होंने जो रुतबा आल कल नौजवान हर एक हिरदे च पर एक वो सरकार ने जिन्हें हरिमंदर साहब से हमला किया सरकार की रिपोर्ट जी आई टी की रिपोर्ट वो ये कह रही है कि संतां दे कोई केस नहीं सी उन्होंने कोई फरारी का दोष नहीं सी तो उन्होंने कोई यहोजी गल नहीं जिदा तुम कुमार विश्वास की गल की वो यह लोगों को फिर जिदा दुख लगता इन्हों के अंदर वो जी पड़ास है जी तुम गल की है ना हाँ वो चीज़ क्योंकि हूँ देखो बच्चे आप कौमां दे बंदे माड़े भी होंगे चंगे भी होंगे डॉक्टर सुब्रमण्यम स्वामी वो संतां नूं मिलता रहा इस वेले उन्हें तारीफ भी की है नहीं उ मैं गल करना उन्हें कहा भी जे कोई संतां नूं अज्ज दे उन्हां दी मतलब स्टेटमेंट है मेरे को असीं खुद उन्होंने मिल के आए हैं मैं खुद मिल के आया मतलब एक वफद लैके मिल के आए उन्होंने उन्होंने खुद कहा भी संत जरनैल सिंह कोई अतवादी नहीं कह सकता उन्होंने ये भी कहा कि मैं आने वाले समय के बच्चे एक जड़ा मोशन हों एक मता हों लैके आऊँगा पार्लीमेंट से लिया ना लिया वो देखो बखरी गल है पर कह देना भी बहुत बड़ी गल है तो उन्होंने भी कहा भी जे संतान की कोई यहोजी गल करता है तो तुम केस करो ਤੇ ਅਸੀਂ ਇਹਦੇ ਵਿੱਚ ਇੱਕ ਪੁਆਇੰਟ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਗੁਰਦਾਸ ਸਿੰਘ ਜੀ ਮੈਂ ਤੁਹਾਡੇ ਕੋਲ ਆਉਣਾ ਪਿਆ ਮੈਂ ਵਾਪਸ ਆ ਰਿਹਾ ਤੁਹਾਡੇ ਕੋਲ ਲਵਸ਼ਿੰਦਰ ਔਰ ਭਾਈ ਸਭਚਰਨ ਸਿੰਘ ਇਹਨੇ ਥੱਲੇ ਨਾ ਇੱਕ ਆਪਣਾ ਦਿੱਤਾ ਹੋਇਆ ਜਿਹਨੂੰ ਆਪਾਂ ਈਮੇਲ ਕਹਿੰਦੇ ਹਾਂ ਵਟ ਐਵਰ ਠੀਕ ਹੈ ਕੀ ਤੁਸੀਂ ਸੋਚਦੇ ਹੋ ਕਿਉਂਕਿ ਅਸੀਂ ਸਾਰੇ ਕੰਸਰਨ ਹਾਂ ਇਸ ਆਰਟੀਕਲ ਦੇ ਨਾਲ ਹੋ ਸਕਦਾ ਕਿ ਅਖਬਾਰ ਸਾਰੇ ਨਾ ਪੜ੍ਹਦੇ ਹੋ ਨਾ ਹੀ ਪੜ੍ਹੀ ਹੋਵੇ ਲੇਕਿਨ ਇਹ ਆਰਟੀਕਲ ਜ਼ਰੂਰ ਵਾਇਰਲ ਹੋ ਗਿਆ ਜਿਹੜਾ ਕਿ ਸਾਰੇ ਸਿੱਖਾਂ ਤੱਕ ਹੁਣ ਤੱਕ ਪਹੁੰਚ ਚੁੱਕਾ ਹੈ ਮੈਨੂੰ ਨਹੀਂ ਲੱਗਦਾ ਪਰ ਕੀ ਤੁਸੀਂ ਸੋਚਦੇ ਹੋ ਕਿ ਸਿੱਖਾਂ ਨੇ ਇਸ ਨੂੰ ਇਸ ਈਮੇਲ ਦੇ ਉੱਤੇ ਈਮੇਲ ਪਾਈ ਹੋਏਗੀ ਅਸੀਂ ਆਪਣੇ 'ਚ ਲਈਏ ਕਿਸੇ ਨੇ ਸਾਡੇ 'ਚ ਪਾਈ ਜਾਂ ਇਹਨੂੰ ਵੰਗਾਰਿਆ ਕਿਉਂਕਿ ਆਹ ਜਿਹੜਾ ਤੁਹਾਡਾ ਆਰਟੀਕਲ ਜੇ ਇਹਨੂੰ ਨਾਲ ਹੀ ਈਮੇਲ ਹੋ ਜਾਂਦਾ ਕਿ ਜਿੱਥੋਂ ਸਾਨੂੰ ਪਤਾ ਲੱਗਾ ਨਾ ਜਿਹੜੀ ਅਖਬਾਰ 'ਚ ਨਿਊਜ਼ ਆਈ ਸੀ ਉਹਦੇ ਵਿੱਚ ਆਹ ਆਰਟੀਕਲ ਨਹੀਂ ਸੀ ਸਾਰਾ ਗੁਰਦੀਪ ਸਿੰਘ ਜੀ ਮੈਂ ਇੱਥੇ ਥੋੜ੍ਹੀ ਰੋਕਦਾ ਹਾਂਜੀ ਸਰਚੰਦ ਸਿੰਘ ਆਲਰੇਡੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਆ ਚੁੱਕੇ ਹਾਂ ਜੀ 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 ਅਤੇ ਉਹਨਾਂ ਨੇ ਮੇਰੇ ਨਾਲ ਉਸੇ ਦਿਨ ਗੱਲ ਹੋਈ ਜਿੱਦਣ ਇਹ ਆਰਟੀਕਲ ਛਪਿਆ ਨਹੀਂ ਇਸ ਈਮੇਲ ਹਾਂ ਮੈਂ ਉਹੀ ਤੁਹਾਨੂੰ ਦੱਸਣ ਲੱਗਾ ਆਪਾਂ ਠੀਕ ਹੈ ਆਪਾਂ ਕੰਸਰਨ ਨਾ ਪਰ ਕੀ ਆਪਾਂ ਸੋਚ ਸਕਦੇ ਹਾਂ ਕਿ ਕੁਝ ਸਿੱਖਾਂ ਈਮੇਲ ਮਿਲ ਗਿਆ ਹੁਣ ਜੀ ਕਿਉਂਕਿ ਆਹ ਵੀ ਆਰਟੀਕਲ ਜਾਣਾ ਚਾਹੀਦਾ ਅਤੇ ਵੈਸੇ ਵੀ ਮਤਲਬ ਜਿਸ ਤਰ੍ਹਾਂ ਕਿ ਦੂਸਰੀ ਗੱਲ ਹੈ ਕਿ ਆਪਾਂ ਇਸ ਆਰਟੀਕਲ ਨੂੰ ਬੇਸ ਬਣਾ ਕੇ ਉਸ ਉੱਤੇ ਕੇਸ ਕਰ ਸਕਦੇ ਇਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਰਾਏ ਲੈ ਲਈਏ ਥੋੜ੍ਹੀ ਜਿਹੀ ਗੱਲ ਕਿਉਂਕਿ ਸਾਡੇ ਕੋਲ ਅੱਧ ਦਾ ਸਮਾਂ ਹੋਣ ਚੱਲਿਆ ਅਟਵਾਲ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਆਪ ਜੀ ਦਾ ਔਰ ਆਪਣੇ ਸ਼ਾਇਦ ਆਪ ਨੂੰ ਮੁੱਦਾ ਤਾਂ ਪਤਾ ਹੀ ਹੈ ਕਿ ਕਿਸ ਮੁੱਦੇ ਉੱਪਰ ਜਿਹੜੀ ਕੁਲਦੀਪ ਨਿਗਰ ਨੇ ਇੱਕ ਮਹਾਂਪੁਰਖਾਂ ਦੇ ਨਾਲ ਤੁਲਨਾ ਕੀਤੀ ਉਸ ਬਲਤਕਾਰੀ ਬਾਬੇ ਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਮਾੜੀ ਕੀਤੀ ਹੈ ਜੀ ਔਰ ਉਹਨਾਂ ਨੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਉਸਨੇ ਅਸਲੀ ਰੰਗ ਤਾਂ ਕਾਫੀ ਦੇਰ ਤੋਂ ਦਿਖਾਉਂਦਾ ਆਇਆ ਹਾਂਜੀ ਮੈਂ ਇਹ ਬੰਦਾ ਸਾਡਾ ਜੇ ਜੀ 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 ਮੈਂ ਜੋ ਮੇਰੇ ਵੀਰਾਂ ਨੇ ਕਿਹਾ ਮੈਂ ਉਹਨਾਂ ਦਿਖਾਊਂਗਾ ਨਾ ਕਿ ਮੈਂ ਉਹਨਾਂ ਦੀ ਤਾਇਦ ਕਰਦਾ ਪਰ ਜੇ ਆਪਾਂ ਦੇਖੀਏ 84 ਤੋਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਇੱਥੇ ਹਾਈ ਕਮਿਸ਼ਨਰ ਬਣਾ ਕੇ ਭੇਜਿਆ ਗਿਆ ਸੀ ਜੀ ਆਇਆ ਸੀ ਔਰ ਬਾਹਲੇ ਸਾਡੇ ਵੀਰਾਂ ਦੇ ਮਨਾਂ 'ਚ ਇਹ ਸੀਗਾ ਕਿ ਵੀ ਇਸ ਬੰਦੇ ਨੇ ਬਹੁਤ ਕਰਤਾ ਰਾਤ ਨੂੰ ਫੋਨ ਕਰ ਦਿਓ ਵੀਜ਼ਾ ਦੇਣ ਦਾ ਉਹਦੀ ਅਸਲੀ ਉਹਨਾਂ ਦੀ ਪਿਛਲੀ ਸਾਜਿਸ਼ ਚੱਲਦਾ ਨਹੀਂ ਸੀ ਪਤਾ ਕਿ ਉਹ ਫਸਾ ਰਹੇ ਸੀ ਜਿਹੜੇ ਕਮਜ਼ੋਰ ਵਾਲੇ ਚੀਜ਼ ਉਹਨਾਂ ਤੋਂ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਇੰਨੇ ਥਾਂ 'ਤੇ ਕਰ ਦਿੱਤਾ ਸੀ ਚੱਕਰ ਨਾ ਉਹਨਾਂ ਨੂੰ ਇੱਕ ਜਾਲ 'ਚ ਫਸਾ ਦਿੱਤਾ ਜੇ ਆਪਾਂ ਇਹ ਤੋਂ ਪਿਛਲੇ ਵੀ ਜੇ ਧਰਮ ਯੁੱਧ ਮੋਰਚੇ ਦੇ ਵਿੱਚ ਵੀ ਲੇਖਾਂ 'ਚ ਮੈਨੂੰ ਡੇਟਾਂ ਨਹੀਂ ਯਾਦ ਆ ਉਦੋਂ ਇਹ ਲਿਖਦਾ ਰਿਹਾ ਕਈ ਕੁਛ ਲਿਖਦਾ ਰਿਹਾ ਜਦੋਂ ਬਾਦਲ ਹੋਣਾ ਨੇ ਟੌੜਾ ਸਾਹਿਬ ਹੋਣਾ ਨੇ ਜਦੋਂ ਸਾਰਿਆਂ ਨੇ ਕੀਤਾ ਪਰ ਉਹਦੇ ਵਿੱਚ ਅਸਲ ਦੇ ਵਿੱਚ ਇਹਨਾਂ ਨੂੰ ਸ਼ਹਿ ਦੇਣ ਨਾਲ ਵੀ ਤਾਂ ਬਾਦਲ ਐਂਡ ਕੰਪਨੀ ਸੀ ਨਾ ਜੇ ਆਪਾਂ ਇਹਨਾਂ ਸੋਚੀਏ ਕਿਉਂਕਿ ਉਹਨਾਂ ਦੇ ਉਸ ਵੇਲੇ 'ਚ ਸੀ ਇਹ ਕੀਤਾ ਔਰ ਉਹਨਾਂ ਦੀ ਇਹ ਸ਼ਹਿ ਦੇਣ ਨੂੰ ਅੱਜ ਵੀ ਸ਼ਹਿ ਦੇ ਰਹੇ ਆ ਕਿ ਅੱਜ ਉਹਦੇ ਬਾਰੇ ਦੇ ਵਿੱਚ ਉਹ ਕੀ ਕਰ ਰਹੇ ਆ ਔਰ ਜਿਹੜਾ ਇਹਨਾਂ ਦਾ ਇਹ ਕਰਨਾ ਇੱਕ ਤਰਤੀਬ ਬਾਰੇ ਆ ਕਦੇ ਕੋਈ ਬੋਲਦਾ ਕਦੇ ਕੋਈ ਬੋਲਦਾ ਹੈਗਾ ਪਰ ਉਹਨਾਂ ਨੂੰ ਕੋਈ ਇੱਦਾਂ ਦੀ ਰੋਕ ਠੋਕ ਨਹੀਂ ਗੀ ਹੈ ਪਰ ਕੌਮ ਦਾ ਜੇ ਇੱਕ ਛੋਟਾ ਜਿਹਾ ਪਾਸਾ ਇੱਧਰ ਨੂੰ ਉੱਠਦਾ ਨਾ ਤਾਂ ਬਾਕੀ ਦੇ ਜਿਹੜੇ ਕੌਮ ਦੇ ਨਾਂ ਦੇ ਉੱਤੇ ਰੋਟੀਆਂ ਸੇਕਣ ਵਾਲੇ ਨਾ ਆਪਣੀਆਂ ਸਰਦਾਰੀਆਂ ਚਲਾਉਣ ਵਾਲੇ ਆਪਣੀ ਪੋਲੀਟਿਕਸ ਚਲਾਉਣ ਦੇ ਬਾਦਲ ਐਂਡ ਕੰਪਨੀ ਸਾਰਾ ਬਾਦਲ ਪਰਿਵਾਰ ਉਹਦੇ ਨਾਲ ਦੇ ਰੋਕ ਟੋਕ ਤਾਂ ਕਦੀ ਵੀ ਪਲੀਜ਼ ਮੈਂ ਆਪਣੀ ਗੱਲ ਕਰਨ ਦਿਓ ਸ਼ਾਰਟਸ ਕਰੋ ਵੀ ਜੇਕਰ ਉਹ ਇਸ ਚੀਜ਼ 'ਤੇ ਕਰ ਰਹੇ ਆ ਤਾਂ ਇਹਨਾਂ ਲੋਕਾਂ ਨੂੰ ਉਹ ਸ਼ਹਿ ਮਿਲਦੀ ਆ ਕਰਨ ਦੀ ਅਗਰ ਜੇਕਰ ਉਹਨਾਂ ਨੂੰ ਇਹ ਗਦਾਰ ਲੋਕਾਂ ਨੂੰ ਜਿਹੜੇ ਸਿੱਖ ਕੌਮ ਦੇ ਹੈਗੇ ਆ ਉਹ ਇੱਧਰ ਨੂੰ ਨਾ ਇਹ ਤੁਰਨ ਤਾਂ ਇੱਦਾਂ ਦੇ ਬੰਦਿਆਂ ਦੀ ਜ਼ਰੂਰਤ ਨਾ ਪਵੇ ਲਿਖਣ ਦੀ
ਔਰ ਇਹਨੇ ਬਹੁਤ ਭੈੜਾ ਲਿਖਿਆ, ਹੋਰ ਵੀ ਲਿਖਦੇ, ਕਈ ਚੀਜ਼ਾਂ ਸਾਹਮਣੇ ਆਉਂਦੀਆਂ, ਕਈ ਨਹੀਂ ਆਉਂਦੀਆਂ ਹੈਗੀਆਂ। ਇੱਕ ਗੱਲ ਕਲੀਅਰ ਕਰਤੀ, ਕੋਈ ਇਹੀ ਅਸੀਂ ਮੁੱਦਾ ਉਠਾਇਆ ਸੀ ਵੀ ਜ਼ੁਰਤ ਕਿੱਦਾਂ ਪੈਂਦੀ ਇਹਨਾਂ ਦੀ? ਜ਼ੁਰਤ ਤਾਂ ਪੈਂਦੀ ਆ, ਕਿਉਂਕਿ ਜਿਹੜੇ ਕੌਮ ਦੇ ਗਦਾਰ ਆ, ਕੌਮ ਦੇ ਨਾਂ ਦੇ ਉੱਤੇ ਆਪਣੀ ਪੋਲੀਟਿਕਸ ਸਿੱਖਦੇ ਆ, ਗੰਦੀ ਪੋਲੀਟਿਕਸ ਆ, ਜਿਹਨਾਂ ਧਰਮ ਯੁੱਧ ਮੋਰਚਾ ਲਾ ਕੇ ਕੌਮ ਨੂੰ ਇੱਥੇ ਤਾਂ ਇੱਥੇ ਲਿਆ ਕੇ ਕਰਕੇ ਅੱਜ ਵੇਚ ਕੇ ਰੱਖ ਦਿੱਤਾ ਕਰਕੇ ਇਹਨਾਂ ਲੋਕਾਂ ਨੇ, ਔਰ ਉਸ ਇਸੇ ਕਰਕੇ ਇਹਨਾਂ ਦੀ ਜ਼ੁਰਤ ਪੈਂਦੀ। ਅਦਰਿਆਂ ਦੀ ਜ਼ੁਰਤ ਕਿੱਦਾਂ ਪੈਂਦੀ? ਸੰਤ ਪਿੰਡਰਾਲੇ ਸੀਗੇ, ਜੇਕਰ ਉੱਥੇ ਸੀਗੀ ਜਦੋਂ ਉਹਨਾਂ ਨੂੰ ਇਹ ਸੀ ਵੀ ਕੌਮ ਦੀ ਉਹ ਮੂਹਰੇ ਸਰਦਾਰੀ ਕਰਦੇ ਹੈਗੇ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਸਾਡੇ ਕੋਲ ਲਗਭਗ ਜਿਹੜਾ ਜੀ ਦਰਸ਼ਨ ਕੁਛ ਕਹਿਣਾ ਚਾਹੁੰਦੇ, ਕੋਈ ਇਸ ਬ੍ਰੇਕ ਕੋਲ ਜਾ ਰਿਹਾ ਸੀ, ਸੰਤ ਜਰਨੈਲ ਸਿੰਘ ਜੀ ਦੀ ਗੱਲ ਕਰਦੇ ਹਾਂ ਆਪਾਂ ਨਾ ਜੀ ਜੀ, ਇਹ ਮਤਲਬ ਸਿੱਖਾਂ ਦੇ ਇਤਿਹਾਸ ਦੀ ਗੱਲ ਹੀ ਹੈਗੀ ਨਾ, ਇਹ ਪੰਜਾਬ ਦੇ ਇਤਿਹਾਸ ਦੀ ਗੱਲ ਆ ਨਾ ਹਿੰਦੁਸਤਾਨ ਦੇ ਇਤਿਹਾਸ ਦੀ ਗੱਲ ਆ, ਬਲਕਿ ਦੁਨੀਆਂ ਦੇ ਇਤਿਹਾਸ ਦੇ ਵਿੱਚ ਨਾ ਇਹ ਪਹਿਲੀ ਵਾਰੀ ਅਜਿਹਾ ਹੋ ਰਿਹਾ ਕਿ ਜਿੱਦਾਂ ਜਿੱਦਾਂ ਉਹਨਾਂ ਦੀ ਨਾ ਸ਼ਹਾਦਤ ਦਾ ਟਾਈਮ ਬੀਤਦਾ ਜਾ ਰਿਹਾ, ਉੱਦਾਂ ਉੱਦਾਂ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਰੰਗ ਆ ਨਾ, ਕੁਰਬਾਨੀਆਂ ਰੰਗ, ਉਹ ਗੂੜਾ ਹੁੰਦਾ ਜਾ ਰਿਹਾ। ਲਕਸ਼ਿੰਦਰ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ, ਮੈਨੂੰ ਇੱਕ ਬ੍ਰੇਕ ਕੋਲ ਜਾਣਾ ਪਏਗਾ, ਸੋਰੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ, ਔਰ ਬ੍ਰੇਕ ਤੋਂ ਬਾਅਦ ਇੱਥੋਂ ਹੀ ਆਪਾਂ ਗੱਲ ਸ਼ੁਰੂ ਕਰਾਂਗੇ। ਨਾਲ ਹੀ ਨਾਲ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਅੱਜ ਦੇ ਇਸ ਮੁੱਦੇ ਦੇ ਵਿੱਚ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ ਉਹ ਕਰ ਰਹੇ ਹਾਂ ਕਿ ਜਿਹੜਾ ਇਹ ਆਰਟੀਕਲ ਉਹਨੂੰ ਖਾਲੀ ਬੇਸ ਬਣਾਇਆ ਹੈ ਆਪਾਂ, ਗਲਤ ਸਿਰਫ ਇੰਨੀ ਹੈ ਕਿ ਜੋ ਅਟਵਾਲ ਸਾਹਿਬ ਨੇ ਕਲੀਅਰ ਕਰਨ ਦੀ ਪੂਰਾ ਉਹਨਾਂ ਨੇ ਕਰ ਹੀ ਦਿੱਤਾ ਕਿ ਜ਼ਰੂਰਤ ਕਿਸ ਤਰ੍ਹਾਂ ਪੈਂਦੀ ਹੈ। ਆਪ ਜੀ ਦੀ ਫੋਨ ਕਾਲਸ ਵੀ ਹਾਫ ਤੋਂ ਬਾਅਦ ਸ਼ਾਮਿਲ ਹੋਣਗੀਆਂ। ਮਿਲਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਤੁਹਾਡਾ ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 07707484906 ਤੇ। ਫਿਰ ਸਵਾਗਤ ਕਰਦੇ ਹਾਂ ਲਕਸ਼ਮੀ, ਤੁਸੀਂ ਆਪਣੀ ਗੱਲ ਨੂੰ ਜਾਰੀ ਰੱਖੋ ਜਿਹੜੀ ਗੱਲ ਕਰ ਰਹੇ ਸੀ ਕਿ ਮਹਾਂਪੁਰਖਾਂ ਦੀ ਇੱਕ ਆਪਣੀ ਸ਼ਖਸੀਅਤ ਹੈ। ਬਿਲਕੁਲ, ਜਿੱਦਾਂ ਜਿੱਦਾਂ ਟਾਈਮ ਬੀਤਦਾ ਜਾ ਰਿਹਾ ਨਾ, ਉੱਦਾਂ ਉੱਦਾਂ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਰੰਗ ਆ, ਕੁਰਬਾਨੀ ਦਾ ਰੰਗ ਆ, ਜਿਹੜੀ ਕੌਮ ਨੂੰ ਸੇਧ ਦਿੱਤੀ ਆ, ਉਹਦਾ ਰੰਗ ਆ, ਉਹ ਦਿਨੋਂ ਦਿਨ ਗੂੜਾ ਹੁੰਦਾ ਜਾ ਰਿਹਾ, ਕੌਮ ਦੇ ਵਿੱਚ ਗੂੜਾ ਹੁੰਦਾ ਜਾ ਰਿਹਾ, ਕੌਮ ਦੇ ਵਿੱਚ ਗੂੜਾ ਹੁੰਦਾ ਜਾ ਰਿਹਾ, ਕੋਈ ਸ਼ੱਕ ਨਹੀਂ। ਹੁਣ ਦੇਖੋ ਜੇ ਆਪਾਂ ਬੱਦਲਾਂ ਦੀ ਗੱਲ ਕਰੀਏ ਨਾ, ਬੱਦਲਾਂ ਦੀ ਬੜੀ ਮਹਾਨਤਾ ਦੁਨੀਆਂ ਦੇ ਵਿੱਚ ਹੈ ਨਾ, ਬੱਦਲਾਂ ਤੋਂ ਬਗੈਰ ਮੀਂਹ ਨਹੀਂ ਪੈ ਸਕਦਾ। ਹੁਣ ਬੱਦਲ ਜੇ ਬਰਮਿੰਗਮ ਹੋਇਆ ਨਾ, ਬਰਮਿੰਗਮ ਚ ਮੀਂਹ ਪਊਗਾ ਉਹਨਾਂ ਦਾ, ਹੋਰ ਕਿਤੇ ਨਹੀਂ ਪੈ ਸਕਦਾ, ਜਿੱਥੇ ਹੋਣਗੇ ਸਾਊਥ ਵੱਲ ਤਾਂ ਨਹੀਂ ਪੈਣਾ ਮੀਂਹ ਪੈਣਾ ਉਹਨਾਂ ਦਾ, ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਅਜਿਹੇ ਬੱਦਲ ਆ, ਮੈਂ ਸਮਝਦਾ ਕਿ ਉਹ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੀ ਧਰਤੀ ਤੇ ਵਰਸੇ ਆ, ਪਰ ਪੂਰੀ ਦੁਨੀਆਂ ਦੇ ਵਿੱਚ ਸਿੱਖੀ ਦੀ ਜਿਹੜੀ ਫਸਲ ਆ ਉਹ ਖਿੜ ਗਈ ਆ, ਠੀਕ ਹੈ ਜੀ, ਉਹ ਖਿੜ ਦਿਨੋ ਦਿਨ ਖਿੜਦੀ ਜਾ ਰਹੀ ਆ, ਉਹ ਇਹ ਉਹਨਾਂ ਦੀ ਚੜ੍ਹਦੀ ਕਲਾ ਨਾ, ਉਹੀ ਇਹਨਾਂ ਲੋਕਾਂ ਨੂੰ ਉਹ ਚੁੱਭਦੀ ਆ, ਉਸੇ ਕਰਕੇ ਆਏ ਦਿਨ ਕੋਈ ਨਾ ਕੋਈ ਕਦੀ ਉਹਨਾਂ ਦੀਆਂ ਤਸਵੀਰਾਂ ਸਾੜਦੇ ਆ, ਕਦੀ ਕੁਛ ਕਰਦੇ ਆ, ਕਦੀ ਇਹ ਬਹਾਨੇ ਦੇ ਬਹਾਨੇ ਲੱਭ ਲੱਭ ਕੇ ਨਾ ਅਜਿਹਾ ਕੰਮ ਕਰ ਰਹੇ ਆ। ਚਾਹੇ ਤਾਂ ਨਾਗਾਲੈਂਡ ਦੀ ਗੱਲ ਕਰੀਏ, ਚਾਹੇ ਅਸਾਮ ਦੀ ਗੱਲ ਕਰੀਏ, ਝਾਰਖੰਡ ਦੀ ਗੱਲ ਕਰੀਏ, ਬਲਕਿ ਬਹੁਤ ਸਾਰੀਆਂ ਦੁਨੀਆਂ ਦੀਆਂ ਜਿਹੜੀਆਂ ਤਹਰੀਕਾਂ ਨਾ, ਸ਼ਾਇਦ ਆਪਾਂ ਨੂੰ ਨਹੀਂ ਆਪਣੇ ਗਾਉਣ ਨੂੰ ਨਹੀਂ ਨਾ ਪਤਾ ਹੋਵੇ ਬਹੁਤਾ ਇਸ ਬਾਰੇ, ਉਹ ਜਿਹੜੀਆਂ ਆਜ਼ਾਦੀ ਦੀਆਂ ਜਿਹੜੀਆਂ ਤਹਰੀਕਾਂ ਆ, ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂ ਵਾਲੇ ਉਹਨਾਂ ਦੇ ਅਣਦਿਸ ਦੇ ਪ੍ਰੇਰਨਾ ਸਰੋਤ ਬਣ ਚੁੱਕੇ ਆ। ਅੱਛਾ, ਮੇਰਾ ਅਗਲਾ ਕੁਸ਼ਚਨ ਰਹੇਗਾ ਸਾਰਿਆਂ ਵੱਲੋਂ, ਇਹਦੇ ਵਿੱਚ ਕੋਈ ਵੀ ਆਪ ਜਵਾਬ ਦੇ ਸਕਦੇ ਹੋ, ਕਿਉਂਕਿ ਵਾਰ ਵਾਰ ਇੱਕ ਗੱਲ ਆਉਂਦੀ ਹੈ ਕਿ ਸੰਤ ਮਹਾਂਪੁਰਖਾਂ ਨੂੰ ਸੰਜੇ ਗਾਂਧੀ ਔਰ ਗਿਆਲਜੀ ਜੈਲ ਸਿੰਘ ਨੇ ਅਕਾਲੀਆਂ ਦੇ ਨਾਲ ਟਕਰਾਉਣ ਦੇ ਲਈ ਭੇਜਿਆ ਸੀ, ਇਹਦੇ ਬਾਰੇ ਆਪਾਂ ਗੱਲ ਕਰਾਂਗੇ, ਔਰ ਨਾਲ ਹੀ ਨਾਲ ਇਹ ਗੱਲ ਕਰਾਂਗੇ ਕਿਉਂਕਿ ਤੁਸੀਂ ਸਾਰੇ ਜਥੇਬੰਦੀਆਂ ਦੇ ਨੁਮਾਇੰਦੇ ਜੇ, ਕਿ ਤੁਸੀਂ ਆਪਣੇ ਜਥੇਬੰਦੀਆਂ ਵੱਲੋਂ ਕੀ ਸੋਚ ਰਹੇ ਹੋ ਕਿ ਕੀ ਇਹਦੇ ਉੱਤੇ ਕੋਈ ਕੇਸ ਹੋ ਸਕਦਾ, ਜਿਵੇਂ ਤੁਸੀਂ ਗੱਲ ਕੀਤੀ ਹੈ ਇੰਟਰਨੈਸ਼ਨਲ ਪੰਥਕ ਦਲ ਦੀ ਕਿ ਪੰਜਾਬ ਦੇ ਵਿੱਚ, ਆਪਾਂ ਇੱਕ ਮਿੰਟ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਡੇ ਕੋਲ ਵੀ ਕੁਸ਼ਚਨ ਪੁੱਛਾਂਗਾ, ਲੇਕਿਨ ਆਪਾਂ ਇੱਕ ਕਾਲ ਲੈ ਲਈਏ ਪਹਿਲਾਂ ਜੀ। ਕੌਣ ਬੋਲਦੇ ਹੋ ਆਪ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ ਜੀ, ਆਪ ਜੀ ਦੀ ਕਾਲ ਲੱਗੀ ਹੈ। ਹੈਲੋ, ਮੇਰੇ ਖਿਆਲ ਜੇ ਕਾਲ ਹੈ ਤਾਂ ਪਲੀਜ਼ ਮੈਨੂੰ ਦੱਸਿਆ ਜਾਏ। ਚਲੋ ਆਪਾਂ ਅਗਲੀ ਗੱਲ ਚੱਲਦੇ ਹਾਂ ਅੱਗੇ। ਚਰਨ ਸਿੰਘ ਜੀ, ਤੁਸੀਂ ਤਾਂ ਕੀ ਜਵਾਬ ਦਿਓਗੇ ਕਿ ਚਲੋ ਠੀਕ ਹੈ ਕਿ ਇਹ ਗੱਲ ਕਿਉਂ ਜੋੜੀ ਗਈ ਕਿ ਸੰਜੇ ਗਾਂਧੀ ਔਰ ਗਿਆਨੀ ਜੈਲ ਸਿੰਘ ਨੇ ਅਕਾਲੀਆਂ ਦੇ ਨਾਲ ਜਿਹੜੀ ਉਹਨਾਂ ਦੀ ਟੱਕਰ ਚੱਲ ਰਹੀ ਸੀ, ਅਕਾਲੀਆਂ ਨੂੰ ਨੀਵਾਂ ਦਿਖਾਉਣ ਦੇ ਲਈ ਉਹਨਾਂ ਨੂੰ ਇੱਕ ਸਿੱਖ ਚਿਹਰਾ ਚਾਹੀਦਾ ਸੀਗਾ, ਔਰ ਇਹ ਗੱਲ ਦਲ ਖਾਲਸਾ ਬਾਰੇ ਵੀ ਕਹੀ ਗਈ ਜੀ। ਕੌਣ ਬੋਲਦੇ ਹੋ? ਹੈਲੋ, ਚਲੋ ਕੋਈ ਗੱਲ ਨਹੀਂ ਜੀ। ਚਰਨ ਸਿੰਘ ਜੀ, ਕੀ ਇਹਦੇ ਬਾਰੇ ਕੀ ਜਵਾਬ ਦਿਓ? ਪਹਿਲੀ ਗੱਲ ਇਹ ਆ ਕਿ ਜਦੋਂ ਕੋਈ ਵੀ ਸ਼ਖਸੀਅਤ ਜਿਹੜੀ ਆ ਜੀ ਜੀ ਇਹਨਾਂ ਨੂੰ ਤੇ ਆ ਜਿਹੜਾ ਕਹਿੰਦੇ ਵਿੱਚ, ਹਾਂਜੀ, ਕੌਣ ਬੋਲਦੇ ਵੀਰ ਜੀ? ਇਹ ਦਾਸ ਕਪਤਾਨ ਸਿੰਘ ਬੋਲਦਾ ਡਾਕਟਰ ਸਾਹਿਬ ਜੀ। ਹਾਂਜੀ ਕਪਤਾਨ ਸਿੰਘ ਸਾਹਿਬ, ਕੀ ਕਹਿਣਾ ਚਾਹੋਗੇ? ਇੱਕ ਇਹ
ਮੈਂ ਆਪ ਜੀ ਦਾ ਪ੍ਰੋਗਰਾਮ ਦੇਖ ਰਿਹਾ ਸੀਗਾ ਜਿਹੜਾ ਅੱਜ ਦਾ ਤੁਸੀਂ ਮੁੱਦਾ ਲੈ ਕੇ ਆਏ ਹੋ ਜੀ 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 ਪਰ ਇਹਦੇ ਵਿੱਚ ਕੁਲਦੀਪ ਨਈਅਰ ਨੇ ਜਿਹੜਾ ਰੋਲ ਅਦਾ ਕੀਤਾ ਵਾ ਉਹ ਇੱਕ ਹਿਸਾਬ ਦੇ ਨਾਲ ਉਹਨੇ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਵਾ ਜਿੱਦਾਂ ਕਹਿ ਲਈਏ ਵੀ ਇਸ ਤਰੀਕੇ ਦੇ ਨਾਲ ਉਹਨੇ ਲਿਖਤੀ ਆਪਣੇ ਤੀਰ ਮਾਰਿਆ ਵੀ ਨੌਜਵਾਨਾਂ ਦੇ ਹਿਰਦੇ ਜਿਹੜੇ ਵਿੰਨੇ ਜਾਣ ਤੇ ਇਹਦੇ ਉੱਤੇ ਜਿਹੜੀਆਂ ਮੈਂ ਸਮਝਦਾ ਕਿ ਇਹੋ ਜਿਹੇ ਲੋਕਾਂ ਦੇ ਪਿੱਛੇ ਰਾਜਨੀਤਿਕ ਲੋਕ ਜਾਂ ਕੋਈ ਐਸੀਆਂ ਏਜੰਸੀਆਂ ਹੁੰਦੀਆਂ ਨੇ ਜਿਹੜੇ ਸਾਡੇ ਨੌਜਵਾਨਾਂ ਦੇ ਔਰ ਖਾਸ ਕਰਕੇ ਸਿੱਖਾਂ ਦੇ ਜਜ਼ਬਾਤਾਂ ਨੂੰ ਭੜਕਾਉਣਾ ਚਾਹੁੰਦੇ ਨੇ ਜੀ ਜੀ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 20ਵੀਂ ਤੇ 21ਵੀਂ ਸਦੀ ਦੇ ਵਿੱਚ ਜਿੱਥੇ ਆਪਾਂ ਜਾ ਰਹੇ ਹਾਂ ਤੇ ਇਹੋ ਜਿਹਾ ਜਰਨੈਲ ਕੌਮ ਨੂੰ ਨਹੀਂ ਮਿਲ ਸਕਿਆ ਜਿਹੜੀ ਕਿ ਉਹਨੇ ਤੁਲਨਾ ਇੱਕ ਬਲਾਤਕਾਰੀ ਬਾਬੇ ਨਾਲ ਕੀਤੀ ਔਰ ਬਲਾਤਕਾਰੀ ਬਾਬਾ ਹੀ ਨਹੀਂ ਉਹ ਬਲਾਤਕਾਰੀ ਪਿਓ ਵੀ ਆ ਮੂੰਹੋਂ ਬੋਲਿਆ ਰਿਸ਼ਤਾ ਜਿਹੜਾ ਸਕੇ ਰਿਸ਼ਤੇ ਨਾਲੋਂ ਵੀ ਨਾਜ਼ੁਕ ਹੁੰਦਾ ਮੂੰਹ ਬੋਲੀਆਂ ਧੀਆਂ ਦੇ ਨਾਲ ਵੀ ਬਲਾਤਕਾਰ ਬੰਦਾ ਕਰਦਾ ਰਿਹਾ ਜੀ ਜੋ ਕੁਛ ਉਹਨੇ ਕੀਤਾ ਸਾਰਿਆਂ ਦੇ ਸਾਹਮਣੇ ਆ ਬਿਲਕੁਲ ਪਰ ਉਹ ਇਸ ਬੰਦੇ ਨੇ ਜਿਹੜਾ ਵਾ ਮੈਂ ਸਮਝਣਾ ਵੀ ਇੱਕ ਪੱਤਰਕਾਰੀ ਦੇ ਉੱਤੇ ਇੱਕ ਪ੍ਰਿੰਟ ਮੀਡੀਆ ਦੇ ਉੱਤੇ ਉਸ ਬੰਦੇ ਉਹ ਬੰਦਾ ਕਲੰਕਿਆ ਜਿਹਨੇ ਏਦਾਂ ਦਾ ਇਹ ਕੰਮ ਕੀਤਾ ਵਾ ਪਰ ਸਾਨੂੰ ਜਿਹੜਾ ਵਾ ਤਗੜੇ ਹੋ ਕੇ ਏਦਾਂ ਦਾ ਵਿਰੋਧ ਕਰਨਾ ਚਾਹੀਦਾ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਾਡੇ ਨੁਮਾਇੰਦੇ ਬੈਠੇ ਅਸੀਂ ਇੰਡੀਆ ਦੇ ਵਿੱਚ ਵੀ ਸਾਰੇ ਸਾਡੇ ਜਥੇਬੰਦੀ ਨੇ ਇਹਦੇ ਖਿਲਾਫ਼ ਅਸੀਂ ਬਿਆਨ ਵੀ ਲਾਏ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਏਦਾਂ ਦਾ ਕੰਮ ਵੀ ਕਰਾਂਗੇ ਕਾਨੂੰਨੀ ਚਾਰਜੋਈ ਵੀ ਜਿਹੜੀ ਅਸੀਂ ਇਹ ਕੰਮ ਦਾ ਜਿਹੜਾ ਉਹ ਯਤਨ ਕਰ ਰਹੇ ਹਾਂ ਤਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਲੋਕਾਂ ਦੇ ਮੂੰਹ ਦਿਲ ਦੇ ਚਪੇੜ ਵੱਜ ਸਕੇ ਤੇ ਕੋਈ ਏਦਾਂ ਦਾ ਬੰਦਾ ਉੱਠ ਕੇ ਕੋਈ ਹੋਰ ਬਿਆਨਬਾਜ਼ੀ ਨਾ ਕਰੇ ਤੁਹਾਡਾ ਸਮਾਂ ਕੀ ਬਹੁਤ ਧੰਨਵਾਦ ਆਪ ਜੀ ਦਾ ਜੀ ਜੀ ਚਰਨ ਸਿੰਘ ਜੀ ਜਿਹੜੀ ਗੱਲ ਖਾਲਸਾ ਵਾਹਿਗੁਰੂ ਜੀ ਜਿਹੜੀ ਗੱਲ ਮੈਂ ਪੁੱਛ ਰਿਹਾ ਸੀਗਾ ਕਿ ਦੋ ਗੱਲਾਂ ਨੇ ਮੈਂ ਬੇਨਤੀ ਕਰ ਰਿਹਾ ਸੀ ਹਾਂਜੀ ਕਿ ਸੰਤ ਕਰਤਾਰ ਸਿੰਘ ਜੀ ਹੁਣਾਂ ਨੇ ਜਿਹੜਾ ਪਹਿਲਾਂ ਉਹਨਾਂ ਨੇ ਨਰੰਕਾਰੀਆਂ ਦੇ ਬਰਖਿਲਾਫ ਵਿੱਢਿਆ ਸੀ ਬਿਲਕੁਲ ਵਿੱਢਿਆ ਸੀ ਉਹਨਾਂ ਨੇ ਐਮਰਜੈਂਸੀ ਦੇ ਖਿਲਾਫ ਹੀ ਵਿੱਢਿਆ ਸੀਗਾ ਇੰਦਰਾ ਗਾਂਧੀ ਦੇ ਖਿਲਾਫ ਐਮਰਜੈਂਸੀ ਦੇ ਖਿਲਾਫ ਵੀ ਇਹਨਾਂ ਦੇ ਖਿਲਾਫ ਜਿਹੜਾ ਵਿੱਢਿਆ ਸੀਗਾ ਬਿਲਕੁਲ ਵਿੱਢਿਆ ਸੀ ਇਹਨਾਂ ਜਦੋਂ ਕੋਈ ਨਾ ਉਹੀ ਉਹਨਾਂ ਦਾ ਜਿਹੜਾ ਚਲਾਇਆ ਹੋਇਆ ਸੰਘਰਸ਼ ਸੀ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਸੇ ਨੂੰ ਅੱਗੇ ਤੋਰ ਰਹੇ ਸੀ ਬਿਲਕੁਲ ਜਦੋਂ ਕਿਸੇ ਦੀ ਤਾਕਤ ਵੱਧਦੀ ਆ ਤੇ ਇਹ ਜਿਹੜੇ ਸਿਆਸੀ ਲੋਕ ਆ ਨਾ ਇਹ ਆਪਣੇ ਜਿੱਥੋਂ ਸਾਰੇ ਹੀ ਜੁੜਨਾ ਚਾਹੁੰਦੇ ਉਹਨਾਂ ਦੇ ਨਾਲ ਸਾਰੇ ਹੀ ਜੁੜਨਾ ਚਾਹੁੰਦੇ ਚਾਹੁੰਦੇ ਅਕਾਲੀ ਵੀ ਸੀ ਚਾਹੁੰਦੇ ਕਾਂਗਰਸੀਏ ਵੀ ਸੀ ਪਰ ਸੰਤਾਂ ਦਾ ਅਕਾਲੀਆਂ ਨੂੰ ਕਹਿਣਾ ਵੀ ਸਿੱਖੀ ਦੇ ਵਿੱਚ ਆ ਕੇ ਜਿਹੜੇ ਉਹ ਰਹਿਤਾਂ ਪੂਰੀਆਂ ਰੱਖਦੇ ਹੋਣ ਜਿਹੜੇ ਸ਼੍ਰੋਮਣੀ ਕਮੇਟੀ ਬਣਾਉਂਦੇ ਆ ਤੇ ਤੁਸੀਂ ਏਦਾਂ ਦੇ ਸਿੱਖ ਬਣਾਓ ਜਿਹੜੇ ਪੱਕੇ ਅੰਮ੍ਰਿਤਧਾਰੀ ਹੋਣ ਰਹਿਤ ਰੱਖਣ ਵਾਲੇ ਜੇ ਨਹੀਂ ਤੁਹਾਡੇ ਕੋਲ ਅਸੀਂ ਦਿੰਦੇ ਤੁਹਾਡਾ ਕੰਮ ਕਰਨਗੇ ਜੋ ਤੁਸੀਂ ਕਹੋਗੇ ਪਰ ਸਾਨੂੰ ਰਹਿਤ 'ਚ ਰਹਿਣਾ ਚਾਹੀਦਾ ਸਾਡੀ ਸਿੱਖੀ ਥੱਲੇ ਜਾ ਰਹੀ ਆ ਉਹ ਜਿਹੜੇ ਬੰਦੇ ਨਾਲ ਜੋੜ ਜੋੜ ਕੇ ਉਹਨਾਂ ਦਾ ਮਤਲਬ ਹੁੰਦਾ ਬਦਨਾਮ ਕਰਨ ਲਈ ਹੁਣ ਵੀ ਤੁਸੀਂ ਸਾਰਿਆਂ ਨੂੰ ਦੇਖਦੇ ਨਾ ਹੁਣ ਇਹਨਾਂ ਨਾ ਜਿਹੜਾ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਬਈ ਉਹ ਦੂਸਰੇ ਦੇ ਨਾਲ ਰਲਾ ਕੇ ਸਰਸੇ ਵਾਲੇ ਦੇ ਨਾਲ ਸਰਸੇ ਵਾਲੇ ਨੇ ਸਰਕਾਰ ਨੂੰ ਕਿਤੇ ਵੀ ਚੈਲੰਜ ਕੀਤਾ ਹੋਵੇ ਮਤਲਬ ਔਰ ਸੰਤ ਜਰਨੈਲ ਸਿੰਘ ਕਹਿੰਦੇ ਇੱਕ ਵਾਰੀ ਆ ਕੇ ਦੇਖੋ ਤੁਸੀਂ ਹਰਿਮੰਦਰ ਸਾਹਿਬ ਦੇ ਢੇਰੀਆਂ ਲਾ ਦਿਆਂਗੇ ਜੇ ਚੜ੍ਹਾਈ ਕਰੋਗੇ ਜਿਹਦੀ ਜ਼ਮੀਰ ਮਰੇ ਕਹਿੰਦੇ ਮੈਂ ਉਹਨੂੰ ਸਮਝਦਾ ਕਿ ਉਹਦੀ ਮੌਤ ਹੈ ਸਰੀਰਕ ਮੌਤ ਨੂੰ ਨਹੀਂ ਬਹੁਤੀ ਗਿਣਤੀ ਕਈ ਵਾਰੀ ਬੰਦੇ ਦਾ ਸਰੀਰ ਆ ਚੰਮ ਦਾ ਇਹਦੇ ਨਾਲ ਚੜ੍ਹਾਈ ਕਰ ਜਾਣਾ ਕੋਈ ਵੱਡੀ ਗੱਲ ਨਹੀਂ ਪਰ ਜਿਹਦੀ ਜ਼ਮੀਰ ਮਰ ਜਾਏ ਉਹਦੀ ਜ਼ਮੀਰ ਮਰੀ ਵਾਲੇ ਬੰਦੇ ਨੂੰ ਜਿਹੜੀ ਗੱਲ ਕਪਤਾਨ ਸਿੰਘ ਨੇ ਵੀ ਕੀਤੀ ਆ ਤੇ ਜਾਂ ਗੁਰਦਿਆਲ ਸਿੰਘ ਹੋਣਾ ਨੇ ਕੀਤੀ ਮੇਰਾ ਪ੍ਰਸ਼ਨ ਸੀ ਕਿ ਇਹਨਾਂ ਨੂੰ ਉਹਨਾਂ ਨਾਲ ਕਿਉਂ ਜੋੜਿਆ ਸੰਜੇ ਗਾਂਧੀ ਜੈਲ ਸਿੰਘ ਦੇ ਨਾਲ ਕਿ ਉਹਨਾਂ ਨੇ ਭੇਜਿਆ ਸੀਗਾ ਇਹ ਮੇਰਾ ਪ੍ਰਸ਼ਨ ਸੀਗਾ ਇਹ ਕਿਉਂ ਜੋੜਿਆ ਜਾ ਰਿਹਾ ਇਹ ਸ਼ੁਰੂ ਤੋਂ ਜੋੜਿਆ ਤੁਸੀਂ ਹੁਣ ਤੁਸੀਂ ਇਹ ਤਾਂ ਤੁਹਾਡੇ ਸਾਹਮਣੇ ਹੁਣ ਹੋਈ ਆ ਕਿ ਜਿਹੜਾ ਨਈਅਰ ਆ ਇਹਨੂੰ ਜੋ ਸੰਤਾਂ ਨੂੰ ਜੋੜ ਰਿਹਾ ਇਹਦੇ ਨਾਲ ਜਿਹੜਾ ਸਿਰੇ ਦਾ ਕੰਜਰ ਬੰਦਾ ਏਦਾਂ ਹੀ ਜੋੜਨ ਵਾਲੇ ਸਪਸ਼ਟ ਹੋ ਗਈ ਜਿਹੜੀ ਅਟਵਾਲ ਉਹਨਾਂ ਨੇ ਗੱਲ ਕੀਤੀ ਸੀ ਨਾ ਵੀ ਸਾਡੇ ਮਤਲਬ ਹੈਗਾ ਕਿ ਜਿਹੜੀਆਂ ਸਾਡੇ ਜਿਹੜੇ ਸਿਆਸੀ ਲੋਕ ਆ ਉਹ ਸ਼ਹਿ ਦਿੰਦੇ ਜਾਂ ਏਜੰਸੀਆਂ ਆ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਸਾਡੀ ਕੌਮ ਦੇ ਵਿੱਚ ਏਜੰਸੀਆਂ ਬਾਕੀ ਉਹਨਾਂ ਨੇ ਬਹੁਤ ਬਾਕੇ ਬੜ ਗਈਆਂ ਪਰ ਜਦੋਂ ਅਸੀਂ ਇੱਕ ਧਿਰ ਨੂੰ ਲੈ ਲਾਂਗੇ ਨਾ ਦੂਈ ਨੂੰ ਛੱਡ ਦਿਆਂਗੇ ਤਾਂ ਦੂਈ ਸੱਚੀ ਸੁੱਚੀ ਨਹੀਂ ਸਾਡੇ ਵਿੱਚ ਕੋਈ ਵੀ ਜਥੇਬੰਦੀ ਉੱਥੇ ਸੱਚੀ ਸੁੱਚੀ ਨਹੀਂ ਜਿਹੜੀ ਸਿੱਖ ਕੌਮ ਦੀ ਗੱਲ ਕਰਦੀ ਹੋਵੇ ਉਹਨਾਂ ਦਾ ਕੰਮ ਜਿਹੜਾ ਉੱਪਰੋਂ ਆਉਂਦਾ ਨਾ ਉਹ ਚੱਲ ਰਿਹਾ ਉਹ ਆਪਦੇ ਬਲਹੀਣ ਹੋਏ ਬੈਠੇ ਆ ਸਾਰੇ ਉਹਦਾ ਕੀ ਕਾਰਨ ਉਹਦਾ ਕਾਰਨ ਇਹ ਆ ਕਿ ਇਹਨਾਂ ਨੇ ਲੋਭ ਦੇ ਖਾਤਰ ਪਹਿਲਾਂ ਆਪਦੀਆਂ ਕੁਰਸੀਆਂ ਲੜੀਆਂ ਸ਼ੁਰੂ ਕਰ ਲਈਆਂ ਸਭ ਨੇ ਹਾਂ ਬਹੁਤ ਬਹੁਤ ਜ਼ਿਆਦਾ ਗਿਣਤੀ ਸਿਰਫ 1% ਬਚੇ ਵਿੱਚੋਂ ਬਾਕੀ ਸਭ ਗਿਣਤੀ ਏਦਾਂ ਹੀ ਚੱਲ ਰਹੀ ਆ ਕਿਉਂਕਿ ਜਦੋਂ ਇੱਕ ਮਰਦਾ ਨਾ ਉਹ ਕਹਿੰਦੇ ਹੁੰਦੇ ਤਾਏ ਦੀ ਚੱਲੀ ਤਾਂ ਮੈਂ ਕਿਉਂ ਰਵਾਂ ਕੱਲੀ ਜਿਹੜਾ ਮਰਦਾ ਉਹ ਕਹਿੰਦਾ ਵੀ ਦੂਏ ਨੂੰ ਵੀ ਸੈਟਲ ਮਾ ਨਾਲ ਇਸ ਕਰਕੇ ਇਹਨਾਂ ਨੇ ਜਿੰਨੇ ਵੀ ਰਾਜਨੀਤਿਕ ਆ ਉਹਨਾਂ ਦੇ ਵਿੱਚ ਕੋਈ ਗਿਣਤੀ ਦੇ ਇਹ ਨਹੀਂ ਹੁੰਦਾ ਵੀ ਸਾਰਾ ਸਫਾਇਆ ਹੀ ਹੋ ਜਾਂਦਾ ਹੁੰਦਾ
ਕੁਝ ਜਿਹੜੇ ਉਹਨਾਂ ਦੀ ਵਾਹ ਪੇਸ਼ੀ ਨਹੀਂ ਚੱਲਦੀ ਉਹ ਇੰਨਾ ਕੰਮ ਕਰ ਸਕਦੇ ਆ, ਬਾਕੀ ਦਾ ਸਾਰਾ ਜਿਹੜਾ ਉੱਤੋਂ ਆਉਂਦਾ ਜੋ ਕੁਛ ਵੀ ਹੋ ਰਿਹਾ ਇਹ ਸਭ ਉੱਪਰੋਂ ਹੈੱਡ ਤੋਂ ਆ ਰਿਹਾ। ਔਰ ਅਸੀਂ ਅਜੇ ਵੀ ਸਿੱਖ ਨਾ ਸਮਝੇ ਜੋ ਕੁਛ ਉਹ ਬੰਗਲੌਰ ਦੇ ਵਿੱਚ ਹੋਇਆ ਇਹ ਲਿਖਵਾਇਆ ਗਿਆ ਆਰਟੀਕਲ ਤੇ ਹੋਰ ਇਹਦੇ ਬਿਲਕੁਲ ਬਿਲਕੁਲ ਲਿਖਵਾਇਆ ਗਿਆ ਸ਼ਾਜੀ ਦੇ ਅਧੀਨ ਹੈ। ਗੱਲ ਇਦਾਂ ਹਨਾ ਵੀ ਦੇਖੋ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਆ ਹਨਾ, 25 ਤਰੀਕ ਨੂੰ ਇਹਨੂੰ 25 ਅਗਸਤ ਨੂੰ ਦਿੱਤਾ ਜਾਂਦਾ ਇਹਨੂੰ ਦੋਸ਼ੀ ਕਰਾਰ। ਜੀ ਜੀ ਉਸ ਤੋਂ 10 ਦਿਨ ਪਹਿਲਾਂ ਹਰਿਆਣੇ ਦਾ ਸਿੱਖਿਆ ਮੰਤਰੀ ਸਰਕਾਰ ਦਾ ਇਹਨੂੰ 51 ਲੱਖ ਰੁਪਏ ਦੇ ਗਿਆ ਜਾਂਦਾ ਉਹ ਆਪਣੀ ਗੱਲ ਨੂੰ ਕਵਰ ਕਰਨ ਵਾਸਤੇ ਨਾ, ਅਸੀਂ ਇਹਨੂੰ ਉਭਾਰਿਆ ਅਸੀਂ ਸਾਰੀ ਸਪੋਰਟ ਕੀਤੀ ਆ, ਉਹ ਸੰਤਾਂ ਨੂੰ ਕਾਂਗਰਸੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਨਹੀਂ ਉਹਨਾਂ ਦਾ ਜਿਹੜਾ ਸਿੱਖਿਆ ਮੰਤਰੀ ਵਿੱਚ ਉਹ ਹਜੇ ਵੀ ਨਹੀਂ ਮੰਨਦੇ ਉਹ ਤੇ ਕਹਿੰਦੇ ਹਜੇ ਕਿਹੜਾ ਕੋਈ ਕੋਰਟ ਵਾਲਾ ਸਾਬਤ ਹੈਗਾ ਜਿਹਨੂੰ ਕਾਂਗਰਸ ਦਾ ਏਜੰਟ ਕਹਿੰਦੇ ਆ ਕਾਂਗਰਸ ਨੇ ਉਭਾਰਿਆ ਕਹਿੰਦੇ ਆ, ਉਹਨੂੰ ਇੰਦਰਾ ਗਾਂਧੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਕਥਾ ਕਰਦੇ ਸੀ ਉੱਥੇ ਸੁਨੇਹਾ ਭੇਜਦੀ ਆ ਕਿ ਮੈਂ ਤੇਰਾ ਮੀਟਿੰਗ ਕਰਨੀ ਆ, ਉਹ ਮੁਰੋਂ ਕਹਿ ਰਿਹਾ ਤਾਂ ਇੰਦਰਾ ਗਾਂਧੀ ਗੁਰਦੁਆਰੇ ਆਇਆ ਸੰਗਦੇ ਸਾਹਮਣੇ ਮੀਟਿੰਗ ਕਰਨੀ ਆ। ਮੈਂ ਇਸੇ ਕਰਕੇ ਜਦੋਂ ਆਪਣੇ ਚਰਨ ਸਿੰਘ ਗੱਲ ਕਰ ਰਹੇ ਸਨ ਮੈਂ ਇਸੇ ਕਰਕੇ ਸਪੈਸ਼ਲ ਪੁਆਇੰਟ ਆਊਟ ਕੀਤਾ ਕਿ ਕਰਤਾਰ ਸਿੰਘ ਉਹਨਾਂ ਨੇ ਇਸੇ ਇੰਦਰਾ ਦੀ ਐਮਰਜੈਂਸੀ ਦੇ ਖਿਲਾਫ ਤੇ ਮਤਲਬ ਉਹ ਉੱਥੋਂ ਜੀ ਜੀ ਸ਼ਾਰਟ ਗੱਲ ਕਰ ਕੋਲ ਵੇਟ ਕਰ ਰਹੀ ਮੈਂ ਉਹ ਬੇਨਤੀ ਕਰ ਰਿਹਾ ਸੀ ਜਿੱਦਾਂ ਸੁਬਰਾਮਨੀਅਮ ਆ ਜਿਹੜਾ ਜੀ ਸਵਾਮੀ ਆਪਾਂ ਨੂੰ ਦੇਖਣ ਨੂੰ ਚੰਗੇ ਲੱਗਦੇ ਸਾਰੇ, ਮੈਂ ਕਹਿੰਦਾ ਬਹੁਤ ਵਧੀਆ ਜਿੰਨੀ ਗੱਲ ਕਰਦੇ ਪਰ ਜਦੋਂ ਆਪਾਂ ਭਰੋਸਾ ਕਰਦੇ ਮਰਦੇ ਉਦੋਂ ਆ। ਇਹ ਜਿਸ ਤਰ੍ਹਾਂ ਹੁਣ ਇਹਨੂੰ ਸਰਸੇ ਵਾਲੇ ਨੂੰ ਲਿਆ ਇਹਨੂੰ ਕਿਤੇ ਇਹ ਨਹੀਂ ਵੀ ਜੱਜ ਨੇ ਸਜ਼ਾ ਕਰ ਦਿੱਤੀ ਆ, ਸਾਡੇ ਕਈ ਜੱਜ ਨੂੰ ਵੀ ਜੱਜ ਨੇ ਐਂ ਕਰਤਾ ਜਿਉਂ ਕਰਦਾ ਇਹ ਭਾਜਪਾ ਵਾਲਿਆਂ ਨੇ ਖੁਦ ਸਾਰਾ ਕੁਝ ਕੀਤਾ ਉਸ ਨੂੰ ਇਹ ਐਨ ਸਫਾਈ ਕਰ ਬਿਲਕੁਲ ਆਪਾਂ ਇੱਕਦਮ ਜਦੋਂ ਉਹਨੇ ਤੁਲਨਾਤਮਕ ਅਧਿਐਨ ਕੀਤਾ ਉਹਨੇ ਇਹ ਵੀ ਗੱਲ ਕਹੀ ਹੈ ਕਿ ਇੰਦਰਾ ਗਾਂਧੀ ਨੂੰ ਜਦੋਂ ਭਿੰਡਰਾਂ ਵਾਲੇ ਚੰਗੇ ਨਹੀਂ ਲੱਗੇ ਤੇ ਉਹਨੇ ਤੇ ਜਿਸ ਤਰ੍ਹਾਂ ਭਾਜਪਾ ਨੂੰ ਆਹ ਚੰਗਾ ਨਹੀਂ ਲੱਗਾ ਤੋ ਇੱਕ ਕਾਲ ਇਹਨੇ ਜੀ ਫਿਰ ਮੈਂ ਆਵਾਂਗਾ ਅਟਵਾਲ ਸਾਹਿਬ ਦੇ ਵੱਲ। ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਕੌਣ ਬੋਲਦੇ ਹੋ? ਡਾਕਟਰ ਸਾਹਿਬ ਤੁਹਾਨੂੰ ਤੇ ਤੁਹਾਡੇ ਮਹਿਮਾਨ ਸਤਿਕਾਰਯੋਗ ਮਹਿਮਾਨਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅੱਜ ਇੰਨਾ ਗੰਭੀਰ ਮਸਲਾ ਆ ਜੀ 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 ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਘੰਟਾ ਨੇ 2 ਘੰਟੇ ਰੱਖਣੇ ਚਾਹੀਦਾ ਸੀ ਠੀਕ ਹੈ ਜੀ ਹੈ ਨਾ ਜੀ ਕਿਉਂਕਿ ਇੰਨਾ ਕੁਝ ਕਹਿਣ ਨੂੰ ਹੁੰਦਾ ਤੇ ਘਰ ਬੈਠੇ ਸਰੋਤੇ ਸੁਣ ਰਹੇ ਨੇ ਸਮਾਂ ਬੜਾ ਥੋੜਾ ਹੁੰਦਾ ਚਲੋ ਮੈਂ 1-2 ਮਿੰਟ ਤੁਹਾਡੇ ਲੈਣੇ ਨੇ ਹਾਂਜੀ ਹਾਂਜੀ ਕੋਈ ਨਹੀਂ ਡਾਕਟਰ ਸਾਹਿਬ ਇਹ ਜਿਹੜੀ ਕੁਲਦੀਪ ਨਈਅਰ ਨੇ ਜਿਹੜੀ ਗੱਲ ਕੀਤੀ ਨਾ ਮੈਂ ਕਹਿੰਦਾ ਇਹ ਤੇ ਇਹਦੀ ਇੰਨੀ ਨਿੰਦਾ ਹੋਣੀ ਚਾਹੀਦੀ ਨਿਖੇਧੀ ਕਰਨੀ ਚਾਹੀਦੀ ਇਹਦਾ ਰਹਿ ਰੱਬ ਦਾ ਨਾਮ ਜੀ ਜੀ ਕਿਉਂਕਿ ਇਹ ਬੇਈਮਾਨ ਬਦਮਾਸ਼ ਰਾਮ ਰਹੀਮ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਗੰਦ ਵਰਗਾ ਵੀ ਨਹੀਂ ਹੈ ਬਿਲਕੁਲ ਇੱਕ ਪਾਸ ਕਿਉਂਕਿ ਇੱਕ ਪਾਸੇ ਬਲਾਤਕਾਰੀ ਹੈ ਦੂਸਰੇ ਪਾਸੇ ਪਰਉਪਕਾਰੀ ਹੈ ਇੱਕ ਪਾਸੇ ਸਰਕਾਰੀ ਹੈ ਦੂਸਰੇ ਪਾਸੇ ਅੰਮ੍ਰਿਤਧਾਰੀ ਹੈ ਇੱਕ ਪਾਸੇ ਬੇਈਮਾਨ ਤੇ ਬਦਮਾਸ਼ ਹੈ ਦੂਜੇ ਪਾਸੇ ਸੰਤ ਸਿਪਾਹੀ ਖਾਸ ਹੈ ਜੀ ਬਿਲਕੁਲ ਬਿਲਕੁਲ ਹੈ ਨਾ ਜੀ ਬਿਲਕੁਲ ਤੇ ਦੂਸਰਾ ਦੂਸਰੀ ਗੱਲ ਜਿਹੜਾ ਦੂਸਰਾ ਪੁਆਇੰਟ ਮੈਂ ਬੋਲ ਕੇ ਡਾਕਟਰ ਸਾਹਿਬ ਤੁਹਾਡੇ ਖਿਮਾ ਲੈ ਲੈਣੀ ਆ ਜੀ ਜੀ ਉਹ ਇਹ ਆਪੇ ਆਪਾਂ ਪੰਜਾਬੀ ਕਹਿੰਦੇ ਵੀ ਡੁੱਬੀ ਤਾਂ ਜਾਂ ਸਾਹ ਨਾ ਆਇਆ ਕਿਉਂਕਿ ਸਾਡੇ ਵਿੱਚ ਦੁੱਖ ਨਾਲ ਕਹਿਣਾ ਪੈਂਦਾ ਵੀ ਇੱਕ ਮੁਠਤਾ ਤੇ ਇੱਕ ਜੁੱਟਤਾ ਨਹੀਂ ਤੁਹਾਡਾ ਸਵਾਲ ਵੀ ਇਹ ਸੀ ਵੀ ਇਹਨਾਂ ਦੀ ਜ਼ਰੂਰਤ ਕਿਉਂ ਪੈਂਦੀ ਆ ਹਿੰਮਤ ਕਿਉਂ ਪੈਂਦੀ ਆ ਸਹੀ ਉਹ ਇਸ ਕਰਕੇ ਪੈਂਦੀ ਆ ਡਾਕਟਰ ਸਾਹਿਬ ਕਿ ਸਾਡੇ ਵਿੱਚ ਆਪਣੇ ਵਿੱਚ ਇੱਕ ਮੁਠਤਾ ਜਾਂ ਇੱਕ ਜੁੱਟਤਾ ਨਹੀਂ ਹੈ ਹੁਣ ਉਦਾਹਰਣ ਦੇ ਤੌਰ ਤੇ ਤੁਸੀਂ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕੀਤੀ ਮੈਂ ਕਿੰਨੇ ਕੁ ਨਾਂ ਦੇ ਆ ਜੇ ਮੈਂ ਨਾਂ ਲੈਣੇ ਸ਼ੁਰੂ ਕੀਤੇ ਤੇ ਤੁਹਾਡਾ ਘੰਟਾ ਤਾਂ ਬਿਲਕੁਲ ਥੋੜਾ ਆ ਨਾ ਜੀ 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 ਕਿਉਂਕਿ ਇਹ ਸਿੱਖੀ ਸਰੂਪ ਵਿੱਚ ਤੇ ਹੈਗੇ ਨੇ ਆਪਾਂ ਸਾਰੇ ਕਹਿੰਦੇ ਸਿੱਖੀ ਸਰੂਪ ਵਿੱਚ ਹੈਗੇ ਨੇ ਡਾਕਟਰ ਸਾਹਿਬ ਸਿੱਖੀ ਸਰੂਪ ਦੇ ਨਾਲ ਸਿੱਖੀ ਸਿਧਾਂਤ ਬਹੁਤ ਜ਼ਰੂਰੀ ਆ ਰਾਈਟ ਕੱਲਾ ਸਿੱਖੀ ਸਰੂਪ ਸਿੱਖੀ ਸਿਧਾਂਤ ਤੋਂ ਬਗੈਰ ਕੱਲਾ ਸਿੱਖੀ ਸਰੂਪ ਅਧੂਰਾ ਹੈ ਸਰੂਪ ਤਾਂ ਕੋਈ ਵੀ ਬਣਾ ਸਕਦਾ ਹੈ ਸਰੂਪ ਹਾਂ ਜੀ ਬਿਲਕੁਲ ਮੈਂ ਉਹੀ ਕਹਿਣਾ ਨਾ ਇਹ ਸਿੱਖੀ ਸਿਧਾਂਤ ਇਹ ਬਿਲਕੁਲ ਅਧੂਰਾ ਹੈ ਖਾਲੀ ਜਿਹੜਾ ਅਸੀਂ ਸਿੱਖੀ ਸਰੂਪ ਦੇਖ ਲੈਂਦੇ ਹਾਂ ਨਾ ਇਹਦੇ ਨਾਲ ਅਸੀਂ ਧੋਖਾ ਖਾ ਜਾਂਦੇ ਹਾਂ ਭੁਲੇਖਾ ਖਾ ਜਾਂਦੇ ਹਾਂ ਜਿੰਨਾ ਚਿਰ ਸਿੱਖੀ ਸਿਧਾਂਤ ਨਹੀਂ ਨਾਲ ਹੈ ਉਨਾ ਚਿਰ ਉਹ ਸਿੱਖ ਨਹੀਂ ਹੈ ਜੀ ਜੀ ਜਿਹੜਾ ਸਿੱਖ ਹੋਏਗਾ ਗੁਰੂ ਨਾਨਕ ਦਾ ਸਿੱਖ ਹੋਏਗਾ ਸ਼ਬਦ ਗੁਰੂ ਦਾ ਸਿੱਖ ਹੋਏਗਾ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਏਗਾ ਉਹ ਉਹਨਾਂ ਡੇਰਿਆਂ ਤੇ ਇੱਦਾਂ ਦੇ ਇੱਦਾਂ ਦੇ ਨਲਾਇਕ ਬਦਮਾਸ਼ਾ ਬੇਈਮਾਨਾ ਕਾਤਲਾਂ ਦੇ ਕੋਲ ਕਦੇ ਵੀ ਨਹੀਂ ਜਾਣਗੇ ਬਹੁਤ ਅੱਛਾ ਬਹੁਤ ਡਾਕਟਰ ਸਾਹਿਬ ਆਖਰੀ ਇੱਕ ਗੱਲ ਮੈਂ ਕਰਨੀ ਚਾਹੁੰਦਾ ਸਾਡੇ ਕਪਤਾਨ ਸਿੰਘ ਹੋਣੀ ਕਹਿ ਕੇ ਗਏ ਨੇ ਆਪੇ ਅਸੀਂ ਤਕੜੇ ਹੋਈਏ ਤੇ ਅਸੀਂ ਸਭ ਕੁਛ ਕਰਾਂਗੇ ਮੈਂ ਵੀਰ ਜੀ ਨੂੰ ਕਹਿਣਾ ਚਾਹੁੰਦਾ ਸਾਰਿਆਂ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਕਪਤਾਨ ਸਿੰਘ ਜੀ ਅਸੀਂ ਤਕੜੇ ਹੋਵਾਂਗੇ ਜਦੋਂ ਸਾਡੇ ਅਸੀਂ ਜਦੋਂ ਇੱਕ ਮੁੱਠ ਹੋ ਗਏ ਅਸੀਂ ਖਿਲਰੇ ਪਏ ਆ ਇੱਕ ਮੁੱਠ ਹੋ ਜਾਈਏ ਤੇ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਡਾਕਟਰ ਸਾਹਿਬ ਸਾਡਾ ਸਿੱਖ ਇਤਿਹਾਸ ਸਾਡੇ ਸਾਹਮਣੇ ਪਿਆ ਗੋਹੇ ਇਤਿਹਾਸ ਸਾਡੇ ਸਾਹਮਣੇ ਪਿਆ ਅਸੀਂ ਜਦੋਂ ਇਕੱਠੇ ਹੋ ਗਏ ਤੇ ਸਮਝ ਲਓ ਤਕੜੇ ਹੋ ਗਏ ਤੇ ਸਾਡਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ ਜਿਵੇਂ ਆਪਾਂ ਕਹੀਦਾ ਜਿੱਦਾਂ ਮੈਂ ਆਪ ਇੱਕ ਸ਼ੇਅਰ ਲਿਖਿਆ ਹੈਗਾ ਵੀ ਇਕੱਠ ਸਦਾ ਹੀ ਲੋਹੇ ਦੀ ਲੱਠ ਹੁੰਦੀ ਇਕੱਠ ਸਦਾ ਹੀ ਲੋਹੇ ਦੀ ਲੱਠ ਹੁੰਦੀ ਉਸ ਲੱਠ ਦਾ ਲੋਕਾਂ ਡਰ ਹੁੰਦਾ ਹੈ ਓਏ ਕੱਲੇ ਕੱਲੇ ਲਈ ਭੋਗਲ ਠੋਕਰਾਂ ਨੇ ਇੱਕ ਹੋਇਆ ਹੀ ਮੋਰਚਾ ਸਰ ਹੁੰਦਾ ਹੈ ਯਾਰੋ ਇੱਕ ਹੋਇਆ ਹੀ ਮੋਰਚਾ ਸਰ ਹੁੰਦਾ ਹੈ ਗੁਰੂ ਪਿਆਰਿਓ ਇਕੱਠੇ ਹੋ ਜਾਓ ਇੱਕ ਹੋ ਜਾਓ ਬਹੁਤ ਧੰਨਵਾਦ ਤੁਹਾਡਾ
ਅਟਵਾਲ ਸਾਹਿਬ, ਭੁਗਲ ਸਾਹਿਬ ਨੇ ਕਪਤਾਨ ਸਾਹਿਬ ਦਾ ਵੀ ਰੈਫਰੈਂਸ ਦਿੱਤਾ ਅਤੇ ਕਪਤਾਨ ਸਾਹਿਬ ਨੇ ਵੀ ਕਿਹਾ ਵੀ ਸੀਗਾ ਕਿ ਅਸੀਂ ਉਹਨਾਂ ਨੇ ਕਿਹਾ ਕਿ ਸਾਡੀ ਨੁਮਾਇੰਦੇ ਵੀ ਬੈਠੇ, ਅਸੀਂ ਕੇਸ ਵੀ ਕਰ ਰਹੇ ਹਾਂ। ਤੁਸੀਂ ਕਿਉਂਕਿ ਇੱਥੋਂ ਦੀ ਸਰਕਾਰ ਦੇ ਵਿੱਚ ਵੀ ਬੈਠੇ ਹੋ ਔਰ ਚਿਰਾਂ ਤੋਂ, ਮਤਲਬ ਤੁਸੀਂ ਇੱਥੋਂ ਦੀ ਕਾਨੂੰਨ ਤੋਂ ਬਾਵਾਕਫ ਹੋ, ਕੀ ਇੱਥੇ ਬੈਠੇ ਹਾਂ ਕਿਸੇ ਜਥੇਬੰਦੀ ਵੱਲੋਂ ਜਾਂ ਕਿਸੇ ਇੰਡੀਵਿਜੁਅਲ ਵੱਲੋਂ ਜਿਹੜੀਆਂ, ਕਿਉਂਕਿ ਇਹ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚੀ, ਇਹਦਾ ਪੰਜਾਬ ਦੇ ਨਾਲ, ਹਿੰਦੁਸਤਾਨ ਦੇ ਨਾਲ ਜਾਂ ਦੁਨੀਆਂ ਦੇ ਵਿੱਚ ਕਿਸੇ ਵੀ ਵਸਦੇ ਉਸ ਸਿੱਖ ਦੇ ਨਾਲ ਵਾਬਸਤਾ ਹੈ ਠੇਸ 'ਤੇ ਪੁੱਜਣ ਦਾ, ਕੀ ਇੱਥੋਂ ਕੇਸ ਕੀਤਾ ਜਾ ਸਕਦਾ ਇਹਨਾਂ ਉਹਦੇ 'ਤੇ? ਇਹ ਕੇਸ ਜਿਸ ਧਰਤੀ 'ਤੇ, ਜਿਸ ਕਾਨੂੰਨ ਦੀ ਧਰਤੀ ਜੀਓਗ੍ਰਾਫਿਕਲੀ ਹੋਣਾ ਨਾ, ਉੱਥੇ ਹੋਣਾ ਜੀ, ਇੰਡੀਆ 'ਤੇ ਹੋ ਸਕਦਾ ਨਹੀਂ ਹੋਣਾ ਉੱਥੇ, ਕਿਉਂਕਿ ਉੱਥੇ ਇਹ ਗੱਲ ਹੋਈ ਆ। ਓਕੇ, ਪਰ ਉਹਦੇ ਨਾਲ ਜਿਹੜਾ ਸਿੱਖ ਕਿਤੇ ਵੀ ਦੁਨੀਆਂ 'ਚ ਬੈਠਾ, ਜਿਹੜਾ ਸਿੱਖ ਬਾਕੀ ਇਹ ਜਿਹੜਾ ਨਾ ਇੱਕ ਗਦਾਰ ਪਾਰਟੀ ਵੱਲੋਂ ਨਹੀਂ, ਜਿਹੜੇ ਬੰਦੇ ਸਿੱਖ ਕੌਮ ਦੀ ਆਜ਼ਾਦੀ ਦੇ ਸੰਤ ਪਿੰਡਰਾਂਵਾਲਿਆਂ ਦੇ ਜਿਹੜੇ ਹੈਗੇ ਆ ਉਹ ਉਪਾਸ਼ਕ ਜਾਂ ਉਹਨਾਂ ਨੂੰ ਸਿਰਫ ਸਜਦੇ ਕਰਦੇ, ਪਰ ਪਿੰਡਰਾਂਵਾਲੇ ਦੇ ਨਾਂ ਦੇ ਉੱਤੇ ਜਿਹਨਾਂ ਲੋਕਾਂ ਨੇ ਕਰਕੇ ਨਾ ਸਿਆਸਤ ਕਰਕੇ ਜੇ ਕਰਦੇ ਸੀਗੇ ਉਹਨਾਂ ਦੀ ਮੈਂ ਗੱਲ ਕਰਦਾ। ਮੇਰੀ ਗੱਲ ਨੂੰ ਥੋੜ੍ਹਾ ਸਮਝੋ, ਸਿਆਸਤ ਹੁਣ ਵੀ ਕਰ ਰਹੇ ਹੋ? ਨਹੀਂ ਨਹੀਂ, ਨਾ ਕਰ ਰਹੇ, ਬਿਲਕੁਲ ਕਰ ਰਹੇ ਆ। ਇਸ ਕਰਕੇ ਉੱਥੋਂ ਕੋਈ ਵੀ ਜਥੇਬੰਦੀ, ਮੈਂ ਵੱਡਾ ਨਿਬਾਲਾ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਰੂਰ ਅੱਗੇ ਵੀ ਖੜਦਾ ਰਿਹਾ, ਹੁਣ ਵੀ ਮੇਰੇ ਵੀਰ ਜਥੇਦਾਰ ਚਰਨ ਸਿੰਘ ਹੁਣਾਂ ਨੇ ਗੱਲ ਕੀਤੀ ਸਾਰੇ ਨੇ, ਪਰ ਉਹਨਾਂ ਨੇ ਕਰੈਕਟ ਕਰ ਲਿਆ ਵੀ 1-2% ਜਿਹੜੇ ਸਹੀ ਹੈਗੇ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮੈਂ ਬੰਦਿਆਂ 'ਚ ਨਹੀਂ ਜਾਵਾਂਗਾ, ਮਾਨ ਸਾਹਿਬ ਦੀ ਗੱਲ ਕਰ ਰਿਹਾ ਕਿ ਵੀ ਉਹ ਜੋ ਮਰਜ਼ੀ ਹੋ ਸਕਦੇ ਬੰਦੇ 'ਚ ਬਥੇਰੀਆਂ ਕਮਜ਼ੋਰੀਆਂ, ਪਰ ਉਹ ਬਕਾਊ ਟਾਈਪ ਬੰਦਾ ਨਹੀਂ। ਹਾਂਜੀ, ਦੂਸਰੀ ਚੀਜ਼ ਦੇ ਵਿੱਚ ਵੀ ਜਿਹੜੇ ਬੰਦਿਆਂ ਨੇ ਇਹ ਮੋਰਚਾ ਲਾ ਕੇ ਕੀਤਾ ਸੀ, ਸੰਤਾਂ ਨੂੰ ਪਿੰਡਰਾਂਵਾਲਿਆਂ ਨੂੰ ਕਦੇ ਕਹਿੰਦੇ ਸੀਗੇ ਉਹ ਲੌਂਗੋਵਾਲ ਜਾਂ ਸਾਧ ਨਾ ਵੀ ਸਾਡਾ ਡਾਂਗ ਵਾਲਾ ਭਰਾ ਆ ਜਾਂ ਫਲਾਨਾ, ਇਹਨਾਂ ਲੋਕਾਂ ਨੇ ਹੁਣ ਵੀ ਕਰਨਾ, ਜਿਹੜੇ ਅੱਜ ਵੀ ਉਹ ਭਾਲਣਗੇ ਬਾਦਲ ਐਂਡ ਕੰਪਨੀ ਦੇ ਨਾਲ ਕਰਕੇ, ਅਸੀਂ ਵੀ ਉੱਧਰ ਵੀ ਜੱਫੀ ਪਾ ਲਈਏ ਤਾਂ ਅਸੀਂ ਗੱਲ ਕੌਮ ਦੀ ਵੀ ਕਰੀਏ, ਇਹ ਨਹੀਂ ਹੋਣੀ। ਉਹ ਪਬਲਿਕ ਨੂੰ ਵੀ, ਪਬਲਿਕ ਜਾਗ ਚੁੱਕੀ, ਪਬਲਿਕ ਨੂੰ ਵੀ ਹਨੇਰੇ 'ਚ ਰੱਖਦੇ ਆ, ਉਹ ਆਪਣੇ ਆਪ ਨੂੰ ਵੀ ਹਨੇਰੇ 'ਚ ਰੱਖਦੇ ਦੇ, ਅਤੇ ਦੋਹੀਂ ਪਾਸੇ ਲੱਡੂ ਦੀ ਗੱਲ ਆ। ਜਿਹੜੀ ਗੱਲ ਤੁਸੀਂ ਉਹ ਮੇਰੇ ਦੋਹਾਂ ਵੀਰਾਂ ਨਾਲ ਗੱਲ ਕੀਤੀ ਨਾ ਕਿ ਵੀ ਸੰਤਾਂ ਨੂੰ ਜੋੜਦੇ ਸੀ ਕਾਂਗਰਸ ਦੇ ਨਾਲ, ਕਿਸੇ ਦਾ ਕੋਈ ਵੀ ਜੋੜਦਾ, ਸੰਤਾਂ ਨੇ ਗੱਲ ਇੱਕ ਸਿਧਾਂਤਕ ਪ੍ਰਿੰਸੀਪਲ ਸਿੱਖੀ ਦੀ, ਇਨਸਾਨੀਅਤ ਦੀ ਗੱਲ ਕੀਤੀ, ਸ਼੍ਰੋਮਣੀ ਕਮੇਟੀ ਦੀ ਕੀਤੀ, ਸਿੱਖ ਕੌਮ ਦੀ ਕੀਤੀ ਸੀ, ਸਿੱਖ ਕੌਮ ਦੇ ਹੱਕਾਂ ਦੀ ਕੀਤੀ ਸੀ। ਉਹ ਵੱਖਰੀ ਬਾਤ ਹੈ ਕਿ ਗਦਾਰਾਂ ਨੇ ਧਰਮ ਯੁੱਧ ਮੋਰਚਾ ਲਾ ਕੇ ਲੋਕਾਂ ਨੂੰ ਭੜਕਾ ਕੇ, ਹੁਣ ਤਾਂ ਮਜੋਰਟੀ 'ਚ ਰਹਿ ਕੇ ਵੀ ਉਹ ਜਿਹੜਾ ਐਂਪਲੀ ਜਿਹੜਾ ਆਪਣਾ ਅਨੰਦਪੁਰ ਸਾਹਿਬ ਦਾ ਮਤਾ ਜੇ ਅਤੇ ਭੜਕਾਏ ਸੀਗੇ, ਉਹ ਇਹਨਾਂ ਨੇ ਅਪਰੂਵ ਨਹੀਂ ਕਰਿਆ, ਇਹਨਾਂ ਦੀ ਬੇਈਮਾਨੀ ਸੀ। ਪਰ ਜੇ ਉਹ ਇਲੈਕਸ਼ਨਾਂ ਦੇ ਵਿੱਚ ਕੁਝ ਸਿੰਘ 1-2 ਮੈਨਾਮਾਂ 'ਚ ਨਾ ਜਾਵਾਂ ਖੜ੍ਹੇ ਕੀਤੇ ਸੰਤਾਂ ਨੇ, ਜਦੋਂ ਤੁਸੀਂ ਵੋਟਾਂ 'ਚ ਜਾਂਦੇ ਵੋਟਾਂ ਕੋਈ ਵੀ ਪਾ ਸਕਦਾ ਤੁਹਾਨੂੰ, ਪਰ ਉਹ ਆਪਦੇ ਸਿਧਾਂਤ ਤੋਂ ਤਾਂ ਨਹੀਂ ਨਾ ਹਿੱਲੇ ਸੀਗੇ। ਹੁਣ ਨਾ ਜੋ ਮਰਜ਼ੀ ਲਾ ਦੇਣ ਵੀ ਸੰਤਾਂ ਕਿਹਦੀ ਦੇਣ ਸੀ, ਨਹੀਂ, ਸੰਤ ਜਿਹੜੇ ਸੀਗੇ ਉਹ ਇੱਕ ਸਿੱਖੀ ਦੇ ਹੈਗੇ, ਸੂਰਮੇ ਸੀ, ਕਹਿਣੀ ਕਰਨੀ ਦੇ ਉਹ ਸੂਰੇ ਸੀ, ਜਿਹੜੇ ਮਰਜ਼ੀ ਜਿਹਨੂੰ ਮਰਜ਼ੀ ਕਿਸੇ ਨੂੰ ਨਾਲ ਲਾ ਦਿਓ, ਅਤੇ ਐਸੀ ਕੋਈ ਗੱਲ ਨਹੀਂ। ਉਹ ਕਿਸੇ ਦੇ ਪਲਾਂਟ ਨਹੀਂ ਕੀਤੇ ਸੀਗੇ, ਕਿਸੇ ਦੇ ਘੱਲੇ ਨਹੀਂ ਸੀ, ਪਰ ਮੈਂ ਲਾਸਟਲੀ ਗੱਲ ਕਰ ਜਾਵਾਂ ਕਿ ਲੋਕਾਂ ਦੇ ਮਨਾਂ 'ਚ ਸੀ, ਜ਼ਿਆਦਾ ਇਹ ਗੱਲ ਉਹਨਾਂ ਲੋਕਾਂ ਨੇ ਕੀਤੀ ਸੀ ਜਿਹੜੇ ਉਹ ਗੌਰਮੈਂਟ ਦੇ ਬਕਾਊ ਟਾਈਪ ਸੀਗੇ। ਹੋ ਸਕਦਾ ਕਿ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਕੋਸ਼ਿਸ਼ ਕੀਤੀ ਹੋਈ ਸੰਤਾਂ ਨੂੰ ਖਰੀਦਣ ਦੀ, ਪਰ ਉਹ ਵਿਕੇ ਨਹੀਂ, ਪਰ ਜਿਹੜੇ ਵਿਕ ਗਏ ਨਾ ਉਹਨਾਂ ਦੀ ਇਹ ਗੱਲ ਫੈਲਾਈ ਹੈ। ਰਘਵੀਰ ਸਿੰਘ ਜੀ, ਜਾਂ ਕੋਈ ਵੀ ਇਹਦਾ ਜਵਾਬ ਤੁਸੀਂ ਦੇ ਸਕਦੇ ਹੋ ਕਿ ਇਸ ਆਰਟੀਕਲ ਦਾ, ਠੀਕ ਹੈ ਆਪਾਂ ਨੋਟਿਸ ਲੈ ਰਹੇ ਹਾਂ ਕਿ ਕਿਸੇ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਨੋਟਿਸ ਲਿਆ ਗਿਆ ਫਿਲਹਾਲ? ਦੇਖੋ ਦਮਦਮੀ ਟਕਸਾਲ ਨੇ ਸੰਤ ਬਾਬਾ ਹਰਨਾਮ ਸਿੰਘ ਉਹਨਾਂ ਨੇ ਪਹਿਲੇ ਦਿਨ ਤੋਂ ਇਹਦਾ ਨੋਟਿਸ ਲਿਆ, ਹਾਂਜੀ ਉਹਨਾਂ ਨੇ ਨੋਟਿਸ ਵੀ ਲਿਆ, ਉਹਨਾਂ ਨੇ ਉਹਨਾਂ ਨੇ ਨੋਟਿਸ ਦੇ ਵਿੱਚ ਪਹਿਲਾਂ ਤਾਂ ਇਹ ਜਿਹੜਾ ਕੇਸ ਦੀ ਗੱਲ ਆ ਉਹਨੂੰ ਜਿੱਦਾਂ ਆਪਾਂ ਵੱਡੇ ਲੈਵਲ 'ਤੇ ਜਿੱਦਾਂ ਔਲਰੇਡੀ ਇੰਟਰਨੈਸ਼ਨਲ ਪੰਥਕ ਦਲ ਉਹਨਾਂ ਦਾ ਸਪੋਰਟਰ ਵੀ ਆ, ਅਸੀਂ ਉਹ ਕਰ ਰਹੇ ਹਾਂ, ਅਤੇ ਔਲਰੇਡੀ ਜਿਹੜੇ ਕਿਉਂਕਿ ਦੇਖੋ ਜਿਹੜਾ ਜਿੱਦਾਂ ਹਾਂ ਉਹਨਾਂ ਨੂੰ ਅਕਾਲ ਤਖ਼ਤ ਨੂੰ ਵੀ ਇਹ ਕਿਹਾ ਕਿ ਜਿਹੜਾ ਇਹਨੂੰ 2006 ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਇਹਨਾਂ ਨੂੰ ਇੱਕ ਜਿੱਦਾਂ ਇਹਦੇ ਵਧੀਆ ਪੱਤਰਕਾਰ ਵਜੋਂ ਦਿੱਤਾ ਹੋਇਆ ਸਨਮਾਨ ਦਿੱਤਾ ਸੀ, ਬਿਲਕੁਲ ਉਹ ਵਾਪਸ ਲਿਆ ਜਾਵੇ, ਠੀਕ ਹੈ, ਉਹ ਵਾਪਸ ਲਿਆ ਜਾਵੇ। ਦੂਸਰਾ ਹੈਗਾ ਵੀ ਜਿਹੜਾ ਇਹਦੇ 'ਤੇ ਜਿੱਦਾਂ ਉੱਥੇ ਰਹਿਣਾ ਤਾਂ ਜਿਹੜਾ ਉੱਥੇ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਚੱਲਣਾ ਪੈਣਾ। ਬਾਕੀ ਹੈਗਾ ਵੀ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਜਿਹੜੀ ਸਿੱਖ ਕੌਮ ਜਿੱਦਾਂ ਬਾਹਰ ਜਿੱਦਾਂ ਅਟਵਾਲ ਸਾਹਿਬ ਨੇ ਗੱਲ ਕੀਤੀ ਆ ਬਾਹਰੋਂ ਜਿੱਦਣ ਦਾ ਇਹ ਆਰਟੀਕਲ ਆਇਆ ਲਵਛਿੰਦਰ ਸਿੰਘ ਜੀ ਸਾਡੀ ਜਥੇਬੰਦੀ ਜਾਂ ਹੋਰ ਜਿਹਨਾਂ ਜਿਹਨਾਂ ਨੇ ਨੋਟਿਸ ਲਿਆ ਅਕਾਲ ਚੈਨਲ ਨੇ ਇਹਨੂੰ ਮਸਲੇ ਨੂੰ ਜਿੱਦਾਂ ਚੱਕਿਆ, ਪਰ ਜਿਹੜੀਆਂ ਵੱਡੀਆਂ ਜਥੇਬੰਦੀਆਂ ਆਪਣੇ ਆਪ ਨੂੰ ਕਹਿੰਦੀਆਂ ਕਿ ਸਿਰਫ ਇੱਕੋ ਇੱਕ ਜਥੇਬੰਦੀ ਆ ਜਾਂ ਇੱਦਾਂ ਭੋਗਲ ਸਾਹਿਬ ਵੀ ਕਰਕੇ ਗਿਆ ਕਿ ਏਕਤਾ ਹੋਵੇ, ਪਰ ਉਹ ਜਥੇਬੰਦੀਆਂ ਨੇ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ। ਕਿਉਂ ਨਹੀਂ ਲਿਆ? ਇਹੀ ਕਾਰਨ ਆ। ਕੀ ਤੁਸੀਂ ਕੀ ਸੋਚਦੇ ਹੋ? ਤੁਸੀਂ ਵੀ ਜਥੇਬੰਦੀ ਦੇ ਨੁਮਾਇੰਦੇ ਹੋ? ਮੈਂ ਬਿਆਨ ਦਿੱਤਾ ਹੋਇਆ ਐਫਐਸਓ ਵੱਲੋਂ ਵੀ, ਤੇ ਪਹਿਲਾਂ ਤਾਂ ਮੈਂ ਆਪਣੇ ਮੈਂ ਪੜਿਆ ਜੀ ਤੁਹਾਡਾ ਬਿਆਨ, ਉਸ ਤੋਂ ਬਾਅਦ ਐਫਐਸਓ ਵੱਲੋਂ ਤਾਂ ਜਿੰਨੀਆਂ ਜਥੇਬੰਦੀਆਂ 9 ਜਥੇਬੰਦੀਆਂ ਭਾਈ ਚਰਨ ਸਿੰਘ ਹੋਣੀਆਂ ਉਹਨਾਂ ਦੀ ਜਥੇਬੰਦੀ ਗੁਰਦਾਸ ਸਿੰਘ ਅਟਵਾਲ ਹੋਣਾਂ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਸਾਡੀ ਜਥੇਬੰਦੀ ਸਿੱਖ ਫੈਡਰੇਸ਼ਨ ਜੋ ਕਿ ਰਵੀਸ਼ ਸਿੰਘ ਦਾ ਕਹਿਣਾ ਕਿ ਸਖਤ ਨੋਟਿਸ ਨਹੀਂ ਲਿਆ ਗਿਆ, ਉਹਦਾ ਕੀ ਮਤਲਬ ਹੈ? ਉਹ ਬਿਲਕੁਲ ਨੋਟਿਸ ਇਹ ਲਿਆ ਗਿਆ ਜਿਹੜੀਆਂ ਉੱਥੇ ਪੰਜਾਬ ਦੇ ਜਥੇਬੰਦੀਆਂ ਦਮ ਦੀ ਮਿੰਟ ਕਸਾ ਲਿਆ, ਦਲ ਖਾਲਸਾ ਆ ਜੀ ਜੀ ਤੇ ਆਪਣੇ ਅੱਜ ਦਲ ਖਾਲਸਾ ਦਾ ਬਿਆਨ ਅੱਜ ਲੱਗਾ ਉੱਥੇ ਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਆ ਤੇ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਉੱਥੇ ਹੈਗੀਆਂ ਨਾ, ਸਾਰਿਆਂ ਨੂੰ ਬਕਾਇਦਾ ਅਪੀਲ ਕੀਤੀ ਵੀ ਤੁਸੀਂ ਇਹਦੇ ਖਿਲਾਫ ਕਾਰਵਾਈ ਕਰੋ, ਅਸੀਂ ਤੁਹਾਡੇ ਨਾਲ ਆ। ਜੇ ਉਹ ਮਾਫੀ ਮੰਗ ਲੈਂਦਾ ਸਿੱਖ ਕਲੇਮ ਕਰੇਗਾ ਤਾਂ ਚਰਨ ਸਿੰਘ ਦਾ ਕਹਿਣਾ ਕਿ ਉਹ ਹੈ ਸਿੱਖ ਪਰਿਵਾਰ ਚੋਂ ਪਰ ਆਪਣੇ ਆਪ ਨੂੰ ਸਿੱਖ ਕਲੇਮ ਨਹੀਂ ਕਰ ਰਿਹਾ। ਭਾਈ ਅਮਰੀਕ ਸਿੰਘ ਜਨਾਲਾ ਜਿਨ੍ਹਾਂ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਬਣਾਇਆ ਕੇਸਗੜ੍ਹ ਸਾਹਿਬ ਦਾ, ਉਹਨੇ ਵੀ ਉਹਨੂੰ ਇਹੀ ਕਿਹਾ ਕਿ ਮਾਫ਼ੀ ਮੰਗਣੀ ਤਾਂ ਤੇਰੇ ਸਖ਼ਤ ਐਕਸ਼ਨ ਕਰਾਂਗੇ ਤੇਰੇ ਖਿਲਾਫ਼, ਪਰ ਦੂਸਰੇ ਪਾਸੇ ਅਸੀਂ ਕਹਿ ਰਹੇ ਕਿ ਮਾਫ਼ੀ ਕਾਬਲੇ ਮਾਫ਼ੀ ਨਹੀਂ, ਨਾ ਮਾਫ਼ੀ ਕੌਮ ਤੋਂ ਮੰਗੇ ਨਾ, ਇਹ ਥੋੜ੍ਹੀ ਮਾੜਾ ਜਿਹਾ ਬਿਆਨ ਲੈ ਕੇ ਦਿਓ ਮੈਨੂੰ ਮਾਫ਼ ਕਰ ਦਿਓ, ਉਹ ਉਹਦੇ ਵਿੱਚ ਫ਼ਰਕ ਆ। ਉਹਦਾ ਕੀ ਤਰੀਕਾ? ਉਹ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋ ਕੇ ਜਾ ਕੇ ਉੱਥੇ ਪੰਜਾਬ ਸਿੰਘ ਦੇ ਮੂਹਰੇ, ਮਤਲਬ ਕੋਈ ਵੀ ਜਿਹੜਾ ਗੈਰ ਸਿੱਖ ਹੈ। ਦੇਖੋ ਜਿਹੜਾ ਪਲੀਜ਼, ਇੱਕ ਚੀਜ਼ ਇਹ ਆ, ਠੀਕ ਹੈ ਅਕਾਲ ਤਖ਼ਤ ਸਾਹਿਬ ਤੋਂ ਆਪਣਾ ਸੁਪਰੀਮ ਹੈ, ਉਹਨਾਂ ਤੋਂ ਮਾਫ਼ੀ ਮੰਗੇ ਜਿੱਦਾਂ ਵੀ ਹੋਵੇ, ਹੈ ਬਿਲਕੁਲ, ਪਰ ਜਿਹੜਾ ਇੱਕ ਕਾਨੂੰਨ ਦੇ ਤੌਰ ਦੇ ਉੱਤੇ ਮੈਂ ਕਹਿੰਦਾ ਵੀ ਮੈਂ ਜੇ ਸਿੱਖ ਹਾਂ, ਮੇਰੀਆਂ ਭਾਵਨਾ ਮੈਨੂੰ ਸੱਟ ਵੱਜੀ ਆ, ਉਹ ਕਾਨੂੰਨ ਮੈਨੂੰ ਪ੍ਰੋਟੈਕਸ਼ਨ ਦਿੰਦਾ ਜੀ। ਬਿਲਕੁਲ, ਪੰਜਾਬ ਦੇ ਸਿੱਖ ਜਿਹਦੇ ਜਾਗਦੀ ਜ਼ਮੀਰ ਵਾਲੇ ਹੋਣਗੇ, ਬਕਾਊ ਮਾਲ ਦੀ ਨਹੀਂ ਮੈਂ ਗੱਲ ਕਰਦਾ, ਔਰ ਉਹ ਇੱਥੇ ਕਾਰਨ ਇਹਨੂੰ ਕਾਨੂੰਨੀ ਤੌਰ 'ਤੇ ਦੇਖੀਏ ਕਿ ਵੀ ਉਹਨੇ ਇਨਸਾਈਟਿੰਗ ਕੀਤੀ ਹੈਗੀ ਬਾਕੀ ਸਿੱਖਾਂ ਦੇ ਨਾਲ, ਵੀ ਉਹਨੂੰ ਕਾਨੂੰਨ ਕੀ ਸਜ਼ਾ ਦਿੰਦਾ, ਕਿ ਹਿੰਦੁਸਤਾਨ ਦਾ ਕਾਨੂੰਨ ਇਹ ਸਜ਼ਾ ਦਿੰਦਾ ਜਾਂ ਨਹੀਂ ਦਿੰਦਾ, ਹਿੰਦੁਸਤਾਨ ਦੇ ਕਾਨੂੰਨ ਨੇ ਉਹਨੂੰ ਸਜ਼ਾ ਨਹੀਂ ਦੇਣੀ, ਨਹੀਂ ਦੇਣੀ, ਇਹ ਗੁਲਾਮੀ ਦੀ ਨਿਸ਼ਾਨੀ। ਮੈਂ ਤੁਹਾਨੂੰ ਪ੍ਰਸ਼ਨ ਪੁੱਛਣ ਲੱਗਾ ਸੀਗਾ ਕਿ ਅੱਜ ਤੱਕ ਪਹਿਲਾਂ ਵੀ ਕਈਆਂ ਨੇ ਸਾਡੀ ਠੇਸ ਪਹੁੰਚਾਈ, ਇਸ ਤਰ੍ਹਾਂ ਜਿਹੜਾ ਸਾਡੇ ਅਰਮਾਨਾਂ ਨੂੰ ਠੇਸ ਪਹੁੰਚਾਈ, ਇਹਨੂੰ ਅਦਾਲਤ ਜਿਹੜੀ ਸੀ ਇਹਨੂੰ ਤਾਂ ਕਹਿ ਕੇ ਮਾਫ਼ ਕਰਤਾ, ਗੋਲੀਆਂ ਮਾਰ ਮਾਰ ਸ਼ਹੀਦ ਕੀਤਾ, ਤਿੰਨ ਸਿੰਘ ਸ਼ਹੀਦ ਕੀਤੇ, ਕੋਈ ਐਕਸ਼ਨ ਨਹੀਂ। ਹਾਂਜੀ, ਉਹਨੂੰ ਸਜ਼ਾ ਮਿਲੀ, ਬਾਬਾ ਬਖਸ਼ੀਸ਼ ਸਿੰਘ ਨੂੰ ਸਜ਼ਾ ਮਿਲੀ ਹੈ। ਅੱਛਾ ਨਹੀਂ, ਮਤਲਬ ਅੱਜ ਤੱਕ ਅਟਵਾਲ ਸਾਹਿਬ ਦੇਖਿਆ ਗਿਆ ਕਿ ਠੇਸ ਦੇ ਕਈ ਕੇਸ ਹੋਏ ਆ, ਪਰ ਕਿਸੇ ਕੇਸ ਦੇ ਵਿੱਚ ਜਾਂ ਬਾਅਦ 'ਚ ਪੈਰਵਾਈ ਨਹੀਂ ਹੋਈ, ਕਿਉਂਕਿ ਉਹਨੂੰ ਇੱਕੋ ਇੱਕ ਸਜ਼ਾ ਮਿਲਦੀ ਹੈ ਅਕਾਲ ਪੁਰਖ ਵੱਲੋਂ, ਜਿਹੜੇ ਦਸਵੇਂ ਪਾਤਸ਼ਾਹ ਦੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਜੋ ਸਿੰਘ ਆ, ਜਿਹੜੀ ਉਹ ਸਜ਼ਾ ਦਿੰਦੇ ਆ, ਤੂੰ ਕਰ ਆ ਜਾ ਮਾਹੀਲ ਤੇ ਦਰ ਕੁਛ ਹਲਾਲ ਅਸਤਰ ਬਰਦਰ ਬਸ ਮਸ਼ੀਰ ਦੱਸ, ਇਸ ਤੋਂ ਬਗੈਰ ਕੋਈ ਕਿਸੇ ਨੂੰ ਸਜ਼ਾ ਦਾ ਨਹੀਂ। ਇਸ ਦਾ ਵੀ ਕੋਈ ਖੌਫ ਨਹੀਂ ਕਿਸੇ ਨੂੰ? ਡਾਕਟਰ ਸਾਹਿਬ ਪਲੀਜ਼, ਜਿਹੜੀ ਆਪਾਂ ਕਾਨੂੰਨ 'ਚ ਜਾਈਏ, ਹਾਂਜੀ, ਜਿਹੜੀ ਕਾਨੂੰਨ ਦੇ ਹਿਸਾਬ ਨਾਲ ਮੈਂ ਕੀਤੀ ਕਰਨਾ ਚਾਹੀਦਾ, ਪਰ ਮੈਂ ਫਿਰ ਉਹੀ ਕਹਿੰਦਾ ਵੀ ਜਿਹੜੇ ਕੌਮ ਦੇ ਗਦਾਰ ਆ, ਜਿਹੜੇ ਉਹਨਾਂ ਨੇ ਸਾਰੀ ਜ਼ਿੰਦਗੀ ਕੌਮ ਨੂੰ ਲੁੱਟ ਕੇ ਖਾਧਾ ਬਾਈ ਹੁੱਕ ਬਾਈ ਕਰੁੱਕ, ਉਹਨਾਂ ਲੋਕਾਂ ਨੇ ਨਹੀਂ ਹੋਣ ਦੇਣਾ, ਪਰ ਜਾਗਦੀ ਜ਼ਮੀਰ ਵਾਲੇ ਜ਼ਰੂਰ ਕਰਨਗੇ। ਪਰ ਇੱਕ ਗੱਲ ਇਹ ਹੈਗੀ ਆ ਕਿ ਵੀ ਹਿੰਦੁਸਤਾਨ ਦੀ ਸਰਕਾਰ ਨੇ ਇਹਨਾਂ ਨੂੰ ਕੋਈ ਵੀ ਸਜ਼ਾ ਨਹੀਂ ਦੇਣੀ, ਪਰ ਜਿਹੜੇ ਇਹੋ ਜਿਹੇ ਲੋਕ ਫਿਰ ਉਹ ਮਰੀ ਜ਼ਮੀਰ ਵਾਲੇ ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਆ, ਉਹ ਸੋਚਣ ਲਈ ਮਜਬੂਰ ਫਿਰ ਹੋਣਗੇ ਵੀ ਅਸੀਂ ਫਿਰ ਗੁਲਾਮ ਹਾਂ। ਹੋ ਸਕਦਾ ਕੁਛ ਜਿਹੜੇ ਵਿਚਾਲੜੇ ਹੋਣਗੇ ਮੁੜ ਕੇ ਫਿਰ ਇਸ ਨੂੰ ਮਹਿਸੂਸ ਕਰਨਗੇ ਵੀ ਅਸੀਂ ਗੁਲਾਮ ਹਾਂ, ਅਗਰ ਜੇ ਸਾਡੇ ਨਾਲ ਇਸ ਚੀਜ਼ ਦੀ ਗੱਲ ਕੀਤੀ ਆ, ਹੈਂ, ਅਤੇ ਵੀ ਕੀ ਵਾਕਿਆ ਹੈ ਕਿ ਨਹੀਂ। ਪਰ ਉਹਨੂੰ ਸਜ਼ਾ ਜਿਸ ਬੰਦੇ ਨੇ ਵੇਚਿਆ ਦੀ ਗੱਲ ਕੀਤੀ ਆ, ਉੱਥੇ ਸਿੱਖ ਜਾਗਦੀ ਜ਼ਮੀਰ ਵਾਲੇ ਬੈਠੇ ਆ, ਔਰ ਇੱਦਾਂ ਦੇ ਕੁਲਦੀਪ ਨਈਅਰ ਅਰਗੇ ਪੈਂਤੀ ਦੇ ਦੇਸਾਂ ਵਿਦੇਸਾਂ ਦੇ ਵਿੱਚ, ਇਹਨਾਂ ਦਾ ਬਾਹਰ ਨਿਕਲਣਾ ਹਰਾਮ ਹੋ ਜਾਊਗਾ। ਬਾਹਰ ਤਾਂ ਖੈਰ ਹੁਣ ਵੀ ਨਹੀਂ ਨਿਕਲ ਸਕਦੇ, ਪ੍ਰੋਟੈਕਸ਼ਨ ਲੋਕੇ ਜਿਹੜਾ ਮਰਜ਼ੀ ਪ੍ਰੋਟੈਕਸ਼ਨ ਦੇ ਵਿੱਚ ਜਾਵੇ, ਗੱਲ ਤਾਂ ਹੁੰਦੀ ਵੀ ਆਜ਼ਾਦ ਘੁੰਮਣੇ ਦਾ ਮਤਲਬ ਵੀ ਸਾਡੇ ਨਾਲੋਂ ਤਾਂ ਜ਼ਿਆਦਾ ਗੁਲਾਮ ਆ, ਸਾਡੇ ਨਾਲ ਜ਼ਿਆਦਾ ਗੁਲਾਮ, ਬਿਲਕੁਲ ਨਹੀਂ। ਈਵਨ ਸਾਡੇ ਵੀ ਕਈ ਹੈਗੇ ਜਿਹੜੇ ਇਤਿਹਾਸ ਵਿਗਾੜਨ ਵਾਲੇ ਨੇ ਜਾਂ ਜਿਹੜੇ ਗੁਰੂ ਸਾਹਿਬਾਂ ਦੇ, ਉਹ ਵੀ ਉਹਨਾਂ ਨੂੰ ਕੌਮ ਬਾਹਰ ਨਹੀਂ ਨਿਕਲਣ ਦਿੰਦੀ। ਉਹ ਕਹਿੰਦਾ ਹੈ ਹੀ ਨਹੀਂ, ਉਹ ਮੁਕਰੀ ਜਾਂਦਾ, ਕਹਿੰਦਾ ਮੈਨੂੰ ਮੈਂ ਜਾਣਦਾ ਹੀ ਨਹੀਂ ਉਸ ਬੰਦੇ ਨੂੰ। ਅਤੇ ਯਾਨੀ ਕਿ ਫਿਰ ਇੱਥੇ ਇਹੀ ਕਿਹਾ ਜਾ ਸਕਦਾ ਵੀ ਇਹ ਘਰ ਬੈਠ ਕੇ ਹੀ ਸ਼ੇਰ ਬਣੇ ਹੋਏ ਨੇ, ਜਾਂ ਫਿਰ ਉਹਨਾਂ 'ਤੇ ਜਿਹਨੂੰ ਆਪਾਂ ਕੀ ਕਹਿੰਦੇ ਹਾਂ ਇੰਟਰਨੈਟ ਜਾਂ ਇਸ ਤਰ੍ਹਾਂ ਹੈ। ਤਾਂ ਲਗਭਗ ਸਾਡਾ ਜਿਹੜਾ ਸਮਾਂ ਹੈ ਨਾ ਸਮਾਪਤ ਹੋਣ ਲੱਗਾ, ਮੈਂ ਚਾਹਾਂਗਾ ਚਰਨ ਸਿੰਘ ਜੀ ਤੁਹਾਡੇ ਤੋਂ ਆਪਾਂ ਗੱਲ ਸ਼ੁਰੂ ਕਰੀਏ। ਆਖਰੀ ਕੁਸ਼ਚਨ ਮੇਰਾ ਸਾਰਿਆਂ ਨੂੰ ਹੈ, ਉਸ 'ਤੇ ਤੁਸੀਂ ਬਈ ਅਗਾਊਂ ਮਤਲਬ ਕੀ ਤੁਸੀਂ ਚਾਹੁੰਦੇ ਹੋ ਕਿ ਪੰਥ ਵਿੱਚ ਕੀ ਹੋਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਇਹ ਰੋਕਿਆ ਜਾ ਸਕਦਾ ਹੈ ਜਿਹੜੀ ਸਿੱਖਾਂ ਦੀ ਕਿਸੇ ਵੀ ਪੱਖੋਂ ਬੇਦਬੀ ਹੋਵੇ, ਭਾਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਕਾਫੀ ਵਾਰੀ ਹੋਈ ਹੈ, ਜਾਂ ਇਸ ਤਰ੍ਹਾਂ ਠੇਸ ਪਹੁੰਚਾਇਆ ਜਾਂਦਾ, ਜਾਂ ਮਹਾਂਪੁਰਖਾਂ ਦੀ ਤਸਵੀਰਾਂ ਸਾਡੇ 'ਚ ਕੁਛ ਵੀ ਹੁੰਦਾ ਹੈ, ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ, ਕੋਈ ਤਰੀਕਾ? ਗੱਲ ਜਿਹੜੀ ਆ ਜਿਹੜੀ ਲਵਛਿੰਦਰ ਸਿੰਘ ਉਹਨਾਂ ਨੇ ਕਹੀ ਆ ਨਾ ਜੀ, ਜੀ
ਰੋਕਣ ਦਾ ਜਾਂ ਕਿਸੇ ਨੂੰ ਕਿੰਨੀ ਕੁ ਹੱਦ ਤੱਕ ਤੁਸੀਂ ਰੋਕ ਸਕਦੇ ਹੋ ਜਦੋਂ ਐਡੀ ਵੱਡੀ ਗੁਲਾਮੀ 'ਚ ਹੋਵੇ, ਪਰ ਉਹਦਾ ਇੱਕ ਤਰੀਕਾ ਕਿ ਕੁਛ ਨਾ ਕੁਛ ਠੱਲ ਪਾਈ ਜਾਂਦੀ ਹੁੰਦੀ ਆ। ਉਹ ਕਿਸ ਤਰ੍ਹਾਂ ਪਾਸ? ਜਿਵੇਂ ਤੁਹਾਡੇ ਸਾਹਮਣੇ ਲਵਿਸ਼ਿੰਦਰ ਹੋਣੀ ਲਵਿਸ਼ਿੰਦਰ ਸਿੰਘ ਹੋਣੀ ਦੱਸ ਕੇ ਹਟਿਆ ਵੀ ਜਦੋਂ ਕਾਇਦੇ ਕਾਨੂੰਨ ਕੋਈ ਨਹੀਂ ਅਤੇ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਤੁਸੀਂ ਆਪਣੀ ਸ਼ਕਤੀ ਜਿਹੜੀ ਆ ਸ੍ਰੀ ਸਾਹਿਬ ਨੇ ਉਹਨੂੰ ਤੁਸੀਂ ਲਵੋ ਵਰਤੋ। ਪਰ ਉਹਦੇ ਤੋਂ ਵੀ ਪਹਿਲਾਂ ਸਾਨੂੰ ਇਹ ਸੋਚਣਾ ਪਊਗਾ ਵੀ ਸਾਡੀ ਕੌਮ ਦੇ ਵਿੱਚ ਕੁਛ ਇੰਨੇ ਕੁ ਤਿਆਰ ਹੈਗੇ ਆ ਜਿਹੜੇ ਹਲਾ ਸਕਣ ਦੁਸ਼ਮਣ ਨੂੰ, ਆਪਣੀ ਸ਼ਕਤੀ ਵਰਤਣ ਦੀ ਸਮਰੱਥਾ। ਹਾਂ, ਦੁਸ਼ਮਣ ਨੂੰ ਹਲਾ ਸਕਣ। ਠੀਕ ਹੈ, ਮੈਂ ਸਮਝ ਗਿਆ। ਉਹਦਾ ਕਾਰਨ ਇੱਕ ਇਹ ਆ, ਸਾਨੂੰ ਇਹ ਸਮਝਣਾ ਚਾਹੀਦਾ ਹੁਣ ਜਿਹੜੀ ਸਾਡੇ ਵਿੱਚ ਭੋਗ ਲਾਉਣਾ ਵੀ ਅਨੇਕਤਾ ਦੀ ਗੱਲ ਕੀਤੀ ਆ, ਸਦਾ ਹੀ ਇੱਕ ਏਕਤਾ ਨਹੀਂ ਹੁੰਦੀ। ਪਰ ਜਿਹੜੇ ਸਾਡੇ ਇਕੱਲੇ ਇਕੱਲੇ ਬੰਦੇ ਦੇ ਮਗਰ ਲੱਗ ਕੇ ਨਾ ਸਾਡੇ ਵਿੱਚ ਪਾੜੇ ਪੈ ਗਏ ਆ, ਜਿੰਨਾ ਚਿਰ ਸਾਡੀ ਇਹ ਸੋਚ ਨਹੀਂ ਹੁੰਦੀ ਕਿ ਅਸੀਂ ਸਿੱਖੀ ਬਾਰੇ ਸੋਚਣਾ ਪਹਿਲਾਂ। ਲਵਿਸ਼ਿੰਦਰ 40 ਸੈਕਿੰਡ ਦੀ ਗੱਲ ਖਤਮ ਕਰੋ ਕਿਉਂਕਿ ਮੈਂ 40-40 ਸੈਕਿੰਡ ਬਾਕੀ ਹੁੰਦੇ ਨੇ। ਮੈਂ ਤਾਂ ਇਹੀ ਕਹਾਂਗਾ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਥ ਵਾਲੇ ਆ ਜੀ ਜੀ, ਉਹ ਸਾਡੇ ਸਾਹਾਂ ਵਿੱਚ ਵੱਸਦੇ ਆ ਜੀ ਬਿਲਕੁਲ। ਉਹ ਦੁਨੀਆਂ ਦੀ ਕੋਈ ਵੀ ਤਾਕਤ ਉਹਨਾਂ ਦਾ ਸਤਿਕਾਰ ਨਾ ਘਟਾ ਸਕੀ ਆ, ਨਾ ਘਟਾਊਗੀ, ਬਲਕਿ ਦਿਨੋਂ ਦਿਨ ਵਧੂਗਾ, ਨਾ ਘਟ ਸਕਦਾ। ਜਿੰਨਾ ਜਦੋਂ ਇਹੋ ਜਿਹੇ ਕੁੱਤੇ ਭੌਂਕਣਗੇ ਨਾ ਉਹਦੇ ਨਾਲ ਹੋਰ ਵਧੂਗਾ ਹੀ, ਇਹ ਵਿਸ਼ਵਾਸ ਕਰਦੇ ਆ। ਮਤਲਬ ਤੁਸੀਂ ਸੋਚਦੇ ਹੋ ਕਿ ਜੇ ਇਹਦੇ ਭੌਂਕਣ ਨਾਲ ਜਾਗਰਤੀ ਆਏਗੀ? ਬਿਲਕੁਲ ਆਏਗੀ। ਠੀਕ ਹੈ, ਕਿਉਂਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾ ਇਹਦਾ ਇਹੋ ਜਿਹੀ ਸ਼ਕਤੀ ਆ ਜਿਹਨੂੰ ਅੱਜ ਵੀ ਉਸੇ ਤਰ੍ਹਾਂ ਮਹਿਸੂਸ ਕੀਤਾ ਜਾ ਸਕਦਾ, ਬਸ਼ਰਤੇ ਕਿ ਆਪਣੇ ਵਿੱਚ ਉਹ ਮਾਦਾ ਹੋਵੇ ਮਹਿਸੂਸ ਕਰਨ ਦਾ। ਔਰ ਮੈਂ ਆਪਣੇ ਨਿੱਜੀ ਤਜਰਬੇ ਦੇ ਆਧਾਰ 'ਤੇ ਤੁਹਾਨੂੰ ਗੱਲ ਕਹਿ ਰਿਹਾ। ਸ਼ੋਰਟ 'ਚ ਗੱਲ ਕਰਿਓ, 40 ਸੈਕਿੰਡ 'ਚ ਗੱਲ ਕਰਿਓ। ਹਾਂਜੀ, ਗੁਰਦੇਵ ਸਿੰਘ ਜੀ ਜਿਹੜੇ ਸੰਤ ਜਰਨੈਲ ਸਿੰਘ ਜੀ ਆ, ਉਹ ਸਾਡੇ ਦਿਲਾਂ ਦੀ ਧੜਕਣੇ ਆ ਜੀ 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 ਹਰ ਸਿੱਖ ਦੇ। ਅਤੇ ਜਿਹੜਾ ਉਹਨਾਂ ਨੂੰ ਕੋਈ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦਾ, ਦੁੱਕੀ ਦਿੱਕੀ ਕੁਲਦੀਪ ਨਿੱਜਰ ਵਰਗਾ ਜਾਂ ਹੋਰ ਕੋਈ, ਉਹ ਕਦੀ ਵੀ ਨਹੀਂ ਹੋ ਸਕਦਾ, ਕਿਉਂਕਿ ਉਹ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ। ਪਰ ਜਿਹੜਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ, ਕਿਉਂਕਿ ਇਹ ਤਾਂ ਹੈ ਨਹੀਂ, ਦਾਵਾ ਨਹੀਂ ਕਰ ਸਕਦੇ ਅਸੀਂ ਪੂਰੇ ਪੰਥ ਦੀ ਅਗਵਾਈ ਕਰਦੇ ਹਾਂ, ਪਰ ਜਿੰਨਾ ਕੁ ਸਾਡੇ ਕੋਲ ਜ਼ੋਰ ਲੱਗੂਗਾ ਅਸੀਂ ਇਹ ਕੇਸ ਨੂੰ ਅੱਗੇ ਲੈ ਕੇ ਜਾਵਾਂਗੇ। ਸਾਹਿਬ ਬੜੀ ਛੋਟ ਗੱਲ ਕਰਿਓ, ਬੜੀ ਛੋਟ ਦੀ ਆ ਜੀ ਗੱਲ। ਸੰਤਾਂ ਦੀ ਜਿਹੜੀ ਸ਼ਖਸੀਅਤ ਆ, ਜੇ ਕਈ ਦਫ਼ਾ ਬੰਦਾ ਵੱਖਰੇ ਹੋਣ, ਦੂਜੇ ਕੌਮਾਂ 'ਚ ਵੀ ਜਿਹੜੇ ਸੁਣਦੇ ਜਾਂ ਉੱਥੇ ਵੀ ਜਿਹਨਾਂ ਨੇ ਪੜ੍ਹਿਆ ਹੋਊਗਾ, ਉਹ ਜ਼ਰੂਰ ਸੋਚਦੇ ਹੋਣਗੇ ਵੀ ਆ ਜਿਹੜਾ ਬਲਾਤਕਾਰੀ ਬੇਈਮਾਨ ਸਮਗਲਰ ਆ, ਸਭ ਕੁਝ ਜਿਹਨੇ ਇੱਕ ਧੀ ਬਣਾ ਕੇ ਵੀ ਆਪਣੇ ਕੀਤਾ ਨਾ ਕੰਮ, ਉਹਦੇ ਨਾਲੋਂ ਜਿਹੜਾ ਆ ਸਿੱਖ ਸ਼ਖਸੀਅਤ ਸੰਤ ਸੀਗੇ ਨਾ, ਉਹ ਬਹੁਤ ਵਧੀਆ ਸੀ। ਉਹ ਮੁੜ ਕੇ ਉਹਨਾਂ ਦਾ ਮੋੜ ਕੇ ਫਿਰ ਇਹ ਪਰਫੈਕਟ ਹੋ ਗਿਆ ਕਿ ਵੀ ਇਹ ਕੁੱਤੇ ਭੌਂਕਣ ਨਾਲੋਂ ਜਾਂ ਉਹ ਜਿਹੜਾ ਰਾਮ ਰਹੀਮ ਸੀ ਉਹਦੇ ਨਾਲੋਂ ਆਹ ਜਿਹੜੀ ਇੱਕ ਸਿੱਖ ਸ਼ਖਸੀਅਤ ਸੀ ਬਹੁਤ ਵਧੀਆ ਸੀ, ਉਹਨਾਂ ਦੇ ਮੁੜ ਕੇ ਉਹ ਵੀ ਆਪਾਸ਼ਕ ਬਣ ਗਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਔਰ ਆਪ ਸਭਨਾਂ ਦਾ ਵੀ ਬਹੁਤ ਧੰਨਵਾਦ। ਮੈਂ ਬਹੁਤ ਸਾਰੀਆਂ ਫੋਨ ਕਾਲਸ ਨਹੀਂ ਲੈ ਸਕਿਆ, ਲੇਕਿਨ ਅਗਲੇ ਵਕਤ ਤੱਕ ਦੇ ਲਈ ਆਪ ਜੀ ਦੁਖੀ ਮੰਗਦਾ ਹਾਂ। ਹੋਈਆਂ ਪੁੱਲਾਂ ਦੀ ਖਿਮਾ ਜੀ, ਫਤਿਹ ਬਲਾਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।